ਤੁਸੀਂ ਗੀਤਕਾਰ ਕਿਵੇਂ ਬਣੇ? ਗੀਤਕਾਰ ਭਾਅ ਜੀ ਵੈਸੇ ਤਾਂ ਗੋਡ ਗਿਫਟ ਹੈਗਾ ਆ, ਪਰ ਫਿਰ ਵੀ ਮੇਰੇ ਉਸਤਾਦ ਨਰਿੰਦਰ ਸਿੰਘ ਪੰਛੀ ਸੀਗੇ ਅਤੇ ਅਸੀਂ ਦੋਨੇ ਮਾਰਕਸ ਸੀ, ਕਮਿਊਨਿਸਟ ਪਾਰਟੀ ਦਾ ਥੋੜ੍ਹਾ ਬਹੁਤ ਲਿਖਦੇ ਹੁੰਦੇ ਸੀ ਕੁਛ ਪਹਿਲਾਂ, ਪਰ ਹੌਲੀ ਹੌਲੀ ਫਿਰ ਉਹਦੇ ਵਿੱਚ ਇਸ ਤਰ੍ਹਾਂ ਸੀ ਵੀ ਕੋਈ ਖਾਸ ਤਰੱਕੀ ਨਹੀਂ ਹੋਈ ਸਾਡੀ। ਅਸੀਂ ਫਿਰ ਗੀਤਕਾਰੀ ਦੇ ਵਿੱਚ ਮੈਨੂੰ ਉਹਨਾਂ ਨੇ ਸ਼ੁਰੂ ਕਰਵਾਇਆ ਵੀ ਤੁਸੀਂ ਲੋਕ ਗੀਤ ਵਗੈਰਾ ਦਾ ਕੰਪੋਜੀਸ਼ਨ ਇਸ ਢੰਗ ਦੇ ਨਾਲ ਚੀਜ਼ਾਂ ਲਿਖਿਆ ਕਰੋ, ਅਤੇ ਫਿਰ ਮੈਨੂੰ ਉਹ ਆਪ ਲਈ ਫਿਰਦੇ ਰਹੇ। ਨਰਿੰਦਰ ਸਿੰਘ ਪੰਛੀ ਸੀ ਉਹਨਾਂ, ਪਾਕਿਸਤਾਨ ਦੇ ਬੜੇ ਵੱਡੇ ਸ਼ਾਇਰ ਸੀ, ਅਤੇ ਫਿਰ ਮੇਰੇ ਸਾਹਮਣੇ ਦੁਕਾਨ ਦੇ ਉਹਨਾਂ ਦੀ ਦੁਕਾਨ ਸੀ ਸਨਿਆਸੀ ਦਵਾਖਾਨਾ, ਅਤੇ ਉਹਨਾਂ ਕੋਲ ਫਿਰ ਮੇਰੇ ਕੋਲ 10 ਸਾਲ ਰਹੇ, ਉਹਨਾਂ ਨੇ ਮੈਨੂੰ ਇਹ ਮਤਲਬ ਆਸ਼ੀਰਵਾਦ ਦਿੱਤਾ, ਤਾਂ ਥੋੜ੍ਹਾ ਬਹੁਤ ਮੈਂ ਲਿਖਣਾ ਸ਼ੁਰੂ। ਉਹਨਾਂ ਨੇ ਕੀ ਖਾਸ ਬਰੀਕੀਆਂ ਸਿਖਾਈਆਂ ਤੁਹਾਨੂੰ ਗੀਤ ਕਰ? ਉਹਨਾਂ ਨੇ ਭਾਅ ਜੀ ਇੱਦਾਂ ਹੁੰਦੀਆਂ ਕਿ ਇਹ 'ਚ ਜਿਹੜਾ ਰਾਗ ਆ, ਰਾਗ ਹੁੰਦੇ ਜਿੱਦਾਂ ਜਿਹੜੇ ਗੀਤਕਾਰ ਆ ਉਹਨਾਂ ਨੂੰ ਤਾਂ ਲੋੜ ਹੈਗੀ ਆ ਰਸਾਂ ਦੀ, ਰਸਾਂ ਦਾ ਅਭਿਆਸ ਕਰਨਾ ਚਾਹੀਦਾ, ਜਿੱਦਾਂ ਬੀਰ ਰਸ ਹੈ, ਸ਼ਿੰਗਾਰ ਰਸ ਹੈ, ਇਸ ਤਰ੍ਹਾਂ ਦਾ ਰਸਾਂ ਦਾ ਅਭਿਆਸ ਕਰਵਾਉਂਦੇ ਉਸਤਾਦ ਜਿਹੜੇ ਆ, ਅਤੇ ਜਿਹੜੇ ਕਲਾਕਾਰ ਆ ਉਹਨਾਂ ਨੂੰ ਰਾਗਾਂ ਦਾ ਅਭਿਆਸ ਕਰਵਾਉਂਦੇ ਉਸਤਾਦ ਜਿਹੜੇ ਹੈਗੇ, ਜਿੱਦਾਂ ਸਾਰਿਆਂ ਰਾਗਾਂ 'ਚ ਕੰਪੋਜੀਸ਼ਨ ਕਿੱਦਾਂ ਬਣਾਉਣੀ ਆ, ਜਿੱਦਾਂ ਚੰਗੇ ਕਲਾਕਾਰ ਵਧੀਆ ਕਲਾਕਾਰ ਜਿਹੜੇ ਆ ਉਹਨਾਂ ਦੇ ਰਾਗਾਂ ਦਾ ਅਭਿਆਸ ਹੁੰਦਾ, ਉਹ ਜੋ ਮਰਜ਼ੀ ਗਾ ਸਕਦੇ ਆ। ਇਸੇ ਤਰ੍ਹਾਂ ਮੈਨੂੰ ਮੇਰੇ ਉਸਤਾਦ ਜੀ ਨੇ ਬਕਾਇਦਾ ਤਾਲੀਮ ਮਤਲਬ ਮੈਨੂੰ ਦਿੱਤੀ ਹੈਗੀ ਹੈ, ਤਾਂ ਮੈਨੂੰ ਉਹਨਾਂ ਦੀ ਕਿਰਪਾ ਨਾਲ ਮੈਨੂੰ ਹਰ ਚੀਜ਼ ਤਦ ਹੀ ਲਿਖਦਾ ਹਾਂ, ਫਿਲਮਾਂ ਤੱਕ ਪਹੁੰਚਣ ਦਾ ਵੀ ਉਹਨਾਂ ਦਾ ਆਸ਼ੀਰਵਾਦ ਆ, ਕਿਉਂਕਿ ਫਿਲਮਾਂ ਵਿੱਚ ਤੁਹਾਡੇ ਜਿਸ ਵੇਲੇ ਵੀ ਕੋਈ ਆਉਂਦੀ ਹੈ, ਇੱਕ ਚੀਜ਼ ਸ਼ਿੰਗਾਰ ਰਸ ਦੀ ਲਿਖੀ ਜਾਂਦੀ ਹੈ, ਇੱਕ ਚੀਜ਼ ਬੀਰ ਰਸ ਦੀ ਲਿਖੀ ਜਾਂਦੀ ਹੈ, ਇਸੇ ਤਰ੍ਹਾਂ ਰਸਾਂ ਰਸ ਜਿਹੜੇ ਸਾਰੇ ਤਦ ਹੀ ਫਿਲਮਾਂ ਦੇ ਗੀਤ ਬੰਦਾ ਲਿਖ ਸਕਦਾ ਜੇ ਉਹਨੂੰ ਉਹਦਾ ਅਭਿਆਸ। ਪਹਿਲਾ ਗੀਤ ਰਿਕਾਰਡ ਕਿਵੇਂ ਅਤੇ ਕਿਹੜਾ ਹੋਇਆ? ਪਹਿਲਾ ਗੀਤ ਭਾਅ ਜੀ ਮੇਰਾ ਨਰਿੰਦਰ ਬੀਬਾ ਜੀ ਨੇ ਰਿਕਾਰਡਿੰਗ ਕਰਵਾਈ 1972 ਵਿੱਚ, ਅਤੇ ਗੀਤ ਦਾ ਨਾਂ ਸੀਗਾ ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪਿੰਡ ਨੂੰ ਦਿਲਾਂ ਦੇ ਮਾੜੇ। ਉਸ ਵੇਲੇ ਟੈਲੀਵਿਜ਼ਨ ਵਗੈਰਾ ਨਹੀਂ ਘੱਟ ਹੁੰਦੇ ਸੀ, ਤਾਂ ਉਹਦੇ ਬਾਰੇ ਮੈਂ ਲਿਖਿਆ ਸੀਗਾ ਪਿੰਡ ਦਾ ਤਾਂ ਸ਼ਹਿਰ ਦਾ ਕੀ ਫਰਕ ਹੈਗਾ। ਉਹ ਗੀਤ ਸੁਪਰ ਹਿੱਟ ਹੋ ਗਿਆ ਮੇਰਾ, ਜਦੋਂ ਕਿ ਬਾਅਦ ਵਿੱਚ ਉਸ ਨੂੰ ਮੈਂ ਬਟਵਾ ਜਿਹੜੀ ਫਿਲਮ ਸੀ ਸਰਪੰਚ ਉਹਦੇ ਵਿੱਚ ਵੀ ਮਹਿੰਦਰ ਕਪੂਰ ਉਹਨਾਂ ਦੀ ਆਵਾਜ਼ ਦੇ ਵਿੱਚ ਰਿਕਾਰਡਿੰਗ ਕਰਵਾਈ ਹੈਗੀ ਹੈ। ਫਿਰ ਤਾਂ ਬਸ ਕਿਉਂਕਿ ਕੰਪਨੀ HMB ਕੰਪਨੀ ਸੀ ਸਾਡੀ, ਜਿਹੜੀ ਸਾਡੀ HMB ਕੰਪਨੀ ਸੀ ਉੱਥੇ ਜ਼ੀਰ ਅਹਿਮਦ ਸੀਗੇ ਜਿਹੜੇ ਮੈਨੇਜਰ ਸੀਗੇ ਹੈਡ, ਉਹਨਾਂ ਨੂੰ ਤਾਂ ਇੰਨੇ ਬਾਰੇ ਕੋਈ ਗਿਆਨ ਨਹੀਂ ਹੈਗਾ ਕਿ ਕਿਹੜਾ ਗੀਤ ਕਿੱਦਾਂ ਦਾ, ਕਿਹੜਾ ਕਰਾਉਣਾ, ਕਿਹੜੀ ਰਿਕਾਰਡਿੰਗ ਕਰਾਉਣੀ, ਕਿੱਦਾਂ ਚੁਣਾ। ਉਹ ਇਹੀ ਉਹਨੂੰ ਇਹੀ ਪਤਾ ਹੁੰਦਾ ਹਾਂ ਬਾਈ ਜੋ ਹਿੱਟ ਹੋਇਆ ਹੋਣਾ ਚਾਹੀਏ ਗੀਤ, ਮੇਰੇ ਕੋਲ ਮਾਲੂਮ ਨਹੀਂ ਇਸ ਬੋਲ ਕਿਆ ਹੈ। ਕੇਸਰ ਸਿੰਘ ਨਰੂਲਾ ਜੀ ਮਿਊਜ਼ਿਕ ਡਾਇਰੈਕਟਰ ਹੁੰਦੇ ਸੀ, ਮੈਂ ਉੱਥੇ ਗਿਆ ਜਦੋਂ ਚੰਡੀਗੜ੍ਹ ਰਹਿਣ ਵਾਲੀ ਮੇਰਾ ਹਿੱਟ ਹੋਇਆ, ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਸਟਾਈਲ ਦੇ ਗੀਤ ਲਿਖੋ, ਇਹ ਵੀ ਚੱਲਦੇ ਹੈਗੇ ਆ। ਫਿਰ ਕਈ ਗੀਤ ਇਹੋ ਜਿਹੇ ਵੀ ਲਿਖੇ ਜਿਹੜੇ ਉਹਨਾਂ ਦੀ ਪਸੰਦ ਦੇ ਸੀਗੇ, ਔਰ ਸ਼ਾਇਰ ਦਾ ਤਾਂ ਇੱਦਾਂ ਹੁੰਦਾ ਵੀ ਸ਼ਾਇਰ ਤੋਂ ਧਾਰਮਿਕ ਗੀਤ ਲਿਖਾ ਲਿਆ ਉਹਨੂੰ ਵੀ ਉਨਾ ਹੀ ਟਾਈਮ ਲੱਗਣਾ, ਜੀਜਾ ਸਾਹੀ ਦਾ ਲਿਖਾ ਲਓ ਉਹ ਵੀ ਉਨਾ ਹੀ ਲੱਗਣਾ ਹੈਗਾ, ਇਹਦੀ ਤਾਂ ਇੱਕ ਲੇਖ ਨਹੀਂ ਆ ਰਸਾਂ ਦੇ ਅਭਿਆਸ ਨਾਲ। ਪਰ ਉਹਨਾਂ ਕਈਆਂ ਗੀਤਾਂ 'ਤੇ ਮੇਟੀ ਕਾਟੀ ਬਣੀ ਵੀ ਹੋਈ ਵੀ ਇਹ ਤੁਸੀਂ ਗੀਤ, ਪਰ ਮੈਨੂੰ ਪਤਾ ਸੀ ਕਿ ਮੈਂ ਟਾਰਗੇਟ ਜਿਹੜਾ ਉਸ ਐਂਟਰੀ ਕਿੱਦਾਂ ਕਰਨੀ ਹੈ ਕੰਪਨੀਆਂ ਦੇ ਵਿੱਚ। ਹਰ ਬੰਦੇ ਨੂੰ ਜਿੱਦਾਂ ਫਿਲਮੀ ਲਾਈਨ ਵਿੱਚ ਕਿਸੇ ਕੁੜੀ ਨੂੰ ਐਂਟਰੀ ਕਰਨ ਵਾਸਤੇ ਪਹਿਲਾਂ ਕਿਹੜਾ ਰੋਲ ਮਿਲਦਾ ਆ, ਮਗਰੋਂ ਹੀਰੋਇਨ ਬਣਦੀ ਤਾਂ ਕਿੰਨੀ ਇੱਜ਼ਤ ਹੁੰਦੀ ਹੈ। ਮੈਂ ਇਸ ਟਾਰਗੇਟ 'ਤੇ ਆਪਣੇ 'ਤੇ ਕੰਮ ਕਰ ਰਿਹਾ ਸੀਗਾ, ਕਿਸੇ ਦੇ ਦਬਾਅ ਥੱਲੇ ਕੋਈ ਨਾ ਲਿਖਦਾ ਸੀ ਤਾਂ ਨਾ ਬੰਦ ਕਰਦਾ ਸੀਗਾ। ਅੱਛਾ, ਬੀਬਾ ਜੀ ਨੇ ਕਿਹੜੇ ਕਿਹੜੇ ਫਿਰ ਰਿਕਾਰਡ ਕੀਤੇ? ਬਿੰਦਾ ਬੀਬਾ ਜੀ ਨੇ ਫਿਰ ਉਹ ਮਹਾਰਾਜ ਮੇਰੇ ਗੀਤ ਕੀਤੇ, ਪਹਿਲਾਂ ਕੀਤਾ ਉਹਨਾਂ ਨੇ ਏਕਤਾ ਦਾ ਪੁਜਾਰੀ ਸ਼੍ਰੀ ਗੁਰੂ ਰਵਿਦਾਸ, ਜੀਵਨ ਕਥਾ ਸ਼੍ਰੀ ਗੁਰੂ ਰਵਿਦਾਸ, ਉੱਤੇ ਕਾਫੀ ਟੀਕਾ ਟਿੱਪਣੀ ਹੋਈ, ਕਾਫੀ ਜਿਹੜੇ ਮਜ਼ਹਬੀ ਸੀਗੇ ਉਹਨਾਂ ਨੇ ਇਹਦੇ ਉੱਤੇ ਟੀਕਾ ਟਿੱਪਣੀ ਕੀਤੀ ਕਿ ਇਹਨਾਂ ਨੂੰ ਗੁਰੂ ਕਹਿ ਕੇ ਕਿਸ ਤਰ੍ਹਾਂ ਜਾਂ ਕਿੱਦਾਂ ਕੁਛ ਵੀ ਕਿਹਾ, ਪਰ ਮੈਂ ਉਹਨਾਂ ਦੀ ਤਸੱਲੀ ਕਰਾਈ ਔਰ ਉਹ ਰਿਕਾਰਡਿੰਗ ਉਹ ਤੋਂ ਪਹਿਲਾਂ ਨਹੀਂ ਸੀ ਇੱਦਾਂ ਲਿਖਿਆ ਜਾਂਦਾ, ਸਮਝੇ ਕਿ ਨਹੀਂ ਗੱਲ। ਉਸ ਤੋਂ ਬਾਅਦ ਫਿਰ ਮੈਂ ਏਕਤਾ ਦਾ ਪੁਜਾਰੀ ਸ਼੍ਰੀ ਗੁਰੂ ਰਵਿਦਾਸ ਜਿਹੜਾ ਕਰਾਇਆ ਦੂਸਰੀ ਵਾਰੀ, ਉਹਦੇ ਮਗਰੋਂ ਫਿਰ ਮੈਂ ਸਿੰਘਾਂ ਦੀਆਂ ਕੁਰਬਾਨੀਆਂ ਕਰਾਇਆ, ਜਿਹੜੇ ਸ਼ਹੀਦੀਆਂ ਪਾ ਗਏ ਸਾਡੇ
ਜਾਂ ਜਿਹੜੇ ਪਿਛਲੇ ਸਾਡੇ ਇਤਿਹਾਸ ਵਿੱਚ ਜਿਨ੍ਹਾਂ ਨੇ ਆਪਣੇ ਧਰਮ ਦੀ ਕੌਮ ਦੀ ਦੇਸ਼ ਦੀ ਖਾਤਰ ਸ਼ਹੀਦੀਆਂ ਪਾਈਆਂ ਉਹ ਲਿਖਿਆ। ਫਿਰ ਮੈਂ ਇੱਕ ਧਾਰਮਿਕ ਦੀਵਾਨ ਨਰਿੰਦਰ ਬੀਬਾ ਜੀ ਦਾ ਸਿੱਖ ਇਤਿਹਾਸ ਦਾ ਕਰਾਇਆ। ਫਿਰ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਹਰ ਚੀਜ਼ ਲਿਖ ਸਕਦਾ ਇਸ ਬੰਦੇ ਨੂੰ ਲਿਖਣਾ ਹੁੰਦਾ। ਉਸ ਵੇਲੇ ਸ਼ਾਇਰ ਬਹੁਤ ਘੱਟ ਹੁੰਦੇ ਸੀ, ਗੀਤਕਾਰ ਦੋ ਤਿੰਨ ਅਸੀਂ ਹੁੰਦੇ ਸੀ, ਦੇਵ ਤਰੀਕੇ ਵਾਲਾ, ਮੈਂ ਬਾਬੂ ਸਿੰਘ ਮਾਨ, ਤਿੰਨੇ ਬੰਦੇ ਸੀਗੇ, ਬਹੁਤੇ ਹੋਰ ਹੈਨੇ ਸੀਗੇ ਬੰਦੇ ਇੰਨੇ, ਅਤੇ ਇਸ ਕਰਕੇ ਹਸਨਪੁਰੀ ਸਾਹਿਬ ਸੀਗੇ, ਤਿੰਨ ਚਾਰ ਕੁ ਬੰਦੇ ਸੀ ਸਾਡਾ ਜਿਹਨਾਂ ਦਾ ਪ੍ਰੋਗਰਾਮ ਸੀਗਾ ਜੀ। ਨਰਿੰਦਰ ਬੀਬਾ ਦੇ ਨਾਲ ਹੋਰ ਕਿਹੜੇ ਕਿਹੜੇ ਗਾਇਕ ਹਿੱਟ ਸੀਗੇ ਉਸ ਟਾਈਮ ਦੇ? ਉਸ ਵੇਲੇ ਜਿਸ ਤਰ੍ਹਾਂ ਭਾਈ ਸੀਤਲ ਸਿੰਘ, ਸੀਤਲ ਸੀਤਲ ਸੀਮਾ ਹੈ ਜੀ, ਗੁਰਚਰਨ ਪੋਲੀ, ਅਤੇ ਮੁਹੰਮਦ ਸਦੀਕ, ਰਣਜੀਤ ਕੌਰ, ਅਤੇ ਹੋਰ ਬਹੁਤ ਸਾਰੇ ਕਲਾਕਾਰ ਸੀਗੇ ਭਾਅ ਜੀ ਜਿਹਨਾਂ ਦਾ, ਜਿੱਦਾਂ ਜੱਗਾ ਵਗੈਰਾ, ਅਤੇ ਨਾਲੇ ਆਪਣੇ ਯਮਲਾ ਜੱਟ ਵਗੈਰਾ, ਇਹਨਾਂ ਨੇ ਬਹੁਤ ਕੁਛ, ਸੁਰੇਸ਼ ਕਪੂਰ, ਰਮੇਸ਼ ਰੰਗੀਲਾ, ਕਾਫੀ ਸੀਗੇ ਜਾਣੀ ਕਿ ਉਸ ਵੇਲੇ ਕਲਾਕਾਰ, ਯਾਨੀ ਕਿ ਇੰਨੇ ਬਹੁਤੇ ਕਲਾਕਾਰ ਨੇ ਸੀਗੇ, ਗਿਣਤੀ ਦੇ ਸੀ, ਜਿੱਦਾਂ ਸ਼ਾਇਰ ਗਿਣਤੀ ਦੇ ਸੀ, ਇੱਦਾਂ ਹੀ ਕਲਾਕਾਰ ਗਿਣਤੀ ਦੇ ਸੀਗੇ। ਕਿਸ ਕਿਸ ਗਾਇਕ ਨੇ ਤੁਹਾਡੇ ਗੀਤ ਗਾਏ? ਮੇਰੇ ਗੀਤ ਤਾਂ ਤਕਰੀਬਨ ਜੇ ਕਿਹਾ ਜਾਵੇ ਜਾਂ ਫਿਲਮ 'ਚ ਜਾਂ ਵੈਸੇ ਤਾਂ ਤਕਰੀਬਨ ਉਸ ਟਾਈਮ ਦੇ ਹਰ ਕਲਾਕਾਰ ਨੇ ਮੇਰੇ ਗੀਤ ਗਾਏ, ਕੋਈ ਇਹ ਨਹੀਂ ਕਹਿ ਸਕਦਾ ਮੈਂ ਉਹਦਾ ਗੀਤ ਨਹੀਂ ਗਾਇਆ। ਸਭ ਤੋਂ ਪਹਿਲਾਂ ਮੇਰੀ ਰਿਕਾਰਡਿੰਗ ਨਰਿੰਦਰ ਬੀਬਾ ਜੀ ਨੇ ਕਰਾਈ ਆ, ਉਹ ਤਵੇ ਦਾ ਰਿਕਾਰਡ ਸੀਗਾ, ਤਵੇ ਐਲ ਪੀ ਹੁੰਦੇ ਸੀ ਉਹਨਾਂ ਦੇ, 12-12 ਗੀਤਾਂ ਵਾਲੇ, ਸੁਪਰ 7 ਹੁੰਦਾ ਸੀਗਾ, 24 ਗੀਤਾਂ ਵਾਲਾ, 8 ਗੀਤਾਂ ਵਾਲਾ, ਇਸ ਢੰਗ ਦੇ ਨਾਲ ਰਿਕਾਰਡਿੰਗ ਆ ਜਿਹੜੇ ਹੁਣ ਮੇਰੇ ਕੋਲ ਪਏ ਆ, ਇਹ 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 ਗੀਤ ਉਸ ਵੇਲੇ ਦੀਆਂ ਗੱਲਾਂ ਬਾਤਾਂ ਹੈਗੀਆਂ ਜਿਹੜੀ ਲਿਖੀਆਂ ਨਰਿੰਦਰ ਬੀਬਾ ਦੀਆਂ ਕਰਾਏ ਮੈਂ ਗੀਤ, ਅੰਤ ਕੋਈ ਨਹੀਂ ਜਿੰਨੇ ਕਰਾਏ ਆ, ਉਹਦੇ ਮਗਰੋਂ ਗੁਰਚਰਨ ਪੋਲੀ ਦੇ ਐਲ ਪੀ ਕਰਾਏ, ਕਾਫੀ ਐਲ ਪੀ ਉਹਦੇ ਕਰਾਏ, ਫਿਰ ਸੀਤਲ ਸੀਮਾ ਦੇ ਕਰਵਾਏ ਹੈ ਜੀ, ਫਿਰ ਮੈਂ ਹੋਰ ਪਿਆਰਾ ਸਿੰਘ ਪੰਛੀ ਵਗੈਰਾ ਜਿੰਨੇ ਸੀਗੇ ਕਾਫੀ ਕਲਾਕਾਰਾਂ ਦੇ, ਜਾਣੀ ਹੰਸਰਾਜ ਹੰਸ ਦੀ ਪਹਿਲੀ ਰਿਕਾਰਡਿੰਗ ਜਿਹੜੀ ਆ, ਅਸੀਂ ਇਕੱਲੇ ਰਹਿ ਗਏ, ਤੇਰਾ ਨਹੀਂ ਵਿਆਹ ਹੋ ਗਿਆ, ਸੱਸੀ ਸੁੱਤੀ ਨਾਲ ਪਾ ਗਏ ਜਦਾਈ ਪੁੰਨਣਾ, ਤੈਨੂੰ ਤੇਰੀ ਬੇਵਫਾਈ ਦੀ ਵਧਾਈ ਪੁੰਨਣਾ, ਉਹ ਮੇਰਾ ਕੱਚ ਦੀਆਂ ਮੁੰਦਰਾ, ਹੰਸਰਾਜ ਦੀ ਪਹਿਲੀ ਸ਼ੁਰੂਆਤ ਜਿਹੜੀ ਆ ਐਚ ਐਮ ਬੀ ਚ ਹੋਈ ਆ, ਉਹ ਆ ਤੁਹਾਡੇ ਸਾਹਮਣੇ ਰਿਕਾਰਡਿੰਗ ਉਹਨਾਂ ਦੀ ਪਈ ਆ। ਇਸ ਕਰਕੇ ਕਾਫੀ ਨਵਿਆਂ ਕਲਾਕਾਰਾਂ ਨੂੰ ਮੇਰਾ ਜ਼ਿਆਦਾ ਸੀ ਦਿਮਾਗ ਦੇ ਵਿੱਚ, ਨਵੇਂ ਕਲਾਕਾਰਾਂ ਨੂੰ ਜਨਮ ਦੇਈਏ, ਇਹ ਅੱਗੇ ਜਾਣ, ਪੁਰਾਣੇ ਤਾਂ ਜਿਹੜੇ ਗਏ, ਨਵੇਂ ਕਲਾਕਾਰ ਕਾਫੀ ਮੈਂ ਅੱਗੇ ਲੈ ਕੇ ਗਿਆ। ਅੱਛਾ, ਇੱਕ ਵਧੀਆ ਗੀਤਕਾਰ ਬਣਨ ਲਈ ਕੀ ਕੀ ਜ਼ਰੂਰੀ ਹੈਗਾ? ਵਧੀਆ ਗੀਤਕਾਰ ਬਣਨ ਲਈ ਭਾਅ ਜੀ ਪਹਿਲਾਂ ਤਾਂ ਰਿਆਜ਼ ਜ਼ਰੂਰੀ ਆ, ਰਸਾਂ ਦਾ ਅਭਿਆਸ, ਚੰਗਾ ਪੜ੍ਹਨਾ, ਚੰਗਾ ਲਿਖਣਾ, ਬਾਕੀ ਇਨਸਾਨੀਅਤ ਚੰਗੀ, ਬੰਦੇ ਨੇ ਇਨਸਾਨ ਬਣਨਾ ਪਹਿਲਾਂ, ਗੀਤਕਾਰ ਤੋਂ ਪਹਿਲਾਂ ਇਨਸਾਨ ਬਣਨਾ ਜ਼ਰੂਰੀ ਹੈ, ਸਮਝਦੇ ਕਿ ਗੀਤਕਾਰੀ ਦੇ ਵਿੱਚੋਂ ਜੇ ਗੀਤਕਾਰ ਦੇ ਵਿੱਚੋਂ ਗੀਤ ਕੱਢ ਦਈਏ, ਉਹਦੇ ਵਿੱਚ ਹੋਰ ਕੁਛ ਬਕਾਇਆ ਰਹਿਣਾ ਚਾਹੀਦਾ, ਸਮਝਦੇ ਕਿ ਨਹੀਂ, ਇਹ ਨਾ ਹੋਵੇ ਕਿ ਉਹਦੇ ਕੋਲ ਪਾਈਆ ਰਹਿ ਜਾਵੇ ਬਾਅਦ ਦੇ ਵਿੱਚ, ਉਹਨੂੰ ਇਹ ਚਾਹੀਦਾ ਹੈਗਾ ਕਿ ਗੀਤਕਾਰੀ ਕਰ ਇਨਸਾਨੀਅਤ ਵੀ ਹੋਵੇ, ਖਿੜੇ ਮੱਥੇ ਮਿਲਣਾ, ਕੋਈ ਇਹੋ ਜਿਹਾ ਮਤਲਬ ਬੈਰ ਵਿਵਾਦ ਨਾ ਹੋਵੇ ਸਮਾਜ ਦੇ ਵਿੱਚ, ਕੋਈ ਉਹਦੇ ਉੱਤੇ ਕੋਈ ਇਹੋ ਜਿਹੇ ਇਲਜ਼ਾਮ ਜਾਂ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਉਹ ਨਾ ਹੋਣ, ਕਿਉਂਕਿ ਉਹ ਤਦੇ ਸਮਾਜ ਦੇ ਨਾਲ ਮਿਲ ਕੇ ਜਿਹੜਾ ਚੱਲਦਾ ਆ, ਸਮਾਜ ਦੀਆਂ ਚੀਜ਼ਾਂ ਤਦੇ ਦੇਖ ਸਕਦਾ ਜਦ ਉਹਨਾਂ ਦੇ ਨੇੜੇ ਹੋਊਗਾ, ਤਦੇ ਅਸੀਂ ਵਧੀਆ ਗੱਲਾਂ ਲਿਖ ਸਕਦੇ ਜੇ ਸਮਾਜ ਦੇ ਵਿੱਚ ਜਾਵਾਂਗੇ, ਹਮੇਸ਼ਾ ਅਸੀਂ ਸਮਾਜ ਤੋਂ ਵਿੱਚ ਰਹਿ ਕੇ ਜਾਂ ਅੱਗੇ ਨਿਗਾਹ ਮਾਰਨੀ ਹੈ 10-20 ਸਾਲ ਜਾਂ ਪਿੱਛੇ ਦੀ ਨਿਗਾਹ ਮਾਰਨੀ, ਤਾਂ ਸਾਡੇ ਗੀਤ ਚੰਗੇ ਲੱਗਣੇ। ਫਿਲਮਾਂ 'ਚ ਸਬੱਬ ਕਿਵੇਂ ਬਣਿਆ? ਹਾਂਜੀ, ਫਿਲਮਾਂ ਦੀ ਸਬੱਬ ਬਣਿਆ ਜੀ, ਵਰਿੰਦਰ ਜੀ ਹੋਣਾ ਨਾਲ ਮੇਰੀ ਯਾਰੀ ਦੋਸਤੀ ਪਾਈ ਕਾਫੀ, ਵਰਿੰਦਰ ਜੀ ਹੋਣਾ ਨਾਲ ਯਾਰੀ ਦੋਸਤੀ ਮੇਰੀ ਬਣ ਗਈ, ਕਿਉਂਕਿ ਮੈਂ ਬਲਵੀਰੋ ਭਾਬੀ ਫਿਲਮ ਸ਼ੁਰੂ ਕੀਤੀ, ਮੈਂ ਕੁਲਦੀਪ ਮਾਨਕ ਤੇ ਗੁਰਚਰਨ ਪੋਲੀ ਫਿਲਮ ਸੀਗਾ, ਅਸੀਂ ਫਿਲਮ ਸ਼ੁਰੂ ਕੀਤੀ, ਫਿਲਮ ਵਰਿੰਦਰ ਜੀ ਨਾਲ ਗੱਲ ਕੀਤੀ, ਮੈਂ ਕਿਹਾ ਅਸੀਂ ਵੀ ਫਿਲਮ ਬਣਾਈ, ਉਹ ਕਹਿੰਦਾ ਵੀ ਹੈ ਤਾਂ ਔਖਾ ਕੰਮ ਪਰ ਮੈਂ ਪੂਰਾ ਸਹਿਯੋਗ ਦਊਂਗਾ, ਮੇਰੀ ਪੇਂਟ ਦੀ ਹਾਰਡਵੇਅਰ ਦੀ ਦੁਕਾਨ ਸੀ ਉਸ ਵੇਲੇ ਬੜੀ ਵੱਡੀ, ਬਹੁਤ ਤਕੜਾ ਬਿਜ਼ਨਸ ਸੀ ਮੇਰਾ,
ਮੈਨੂੰ ਵਿੱਚ ਚੁਟਕਲਾ ਯਾਦ ਆ ਗਿਆ, ਉਹ ਮਤਲਬ ਨਾ ਉਦਾਂ ਵੈਸੇ ਤੁਹਾਨੂੰ ਮਜ਼ਾਕ ਹੀ ਆ, ਮੇਰਾ ਸਵਾਲ ਆਇਆ ਵੀ ਉਹ ਕਹਿੰਦੇ ਜੀ ਵੀ ਤੂੰ ਲੱਖਾਂ ਪਤੀ ਕਦੋਂ ਬਣਿਆ, ਉਹ ਕਹਿੰਦਾ ਵੀ ਜਿੱਦਣ ਦਾ ਮੈਂ ਇਹ ਫਿਲਮ ਦੀ ਲਾਈਨ ਚ ਰਿਹਾ, ਉਹ ਕਹਿੰਦਾ ਕਿੱਦਾਂ, ਕਹਿੰਦਾ ਪਹਿਲਾਂ ਮੈਂ ਕਰੋੜਾਂ ਪਤੀ ਸੀਗਾ, ਸਮਝਦੇ ਕਿ ਨਾ, ਇਸ ਲਾਈਨ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਹੈਗਾ, ਮੇਰੀਆਂ ਦੁਕਾਨਾਂ ਸੀ ਮਤਲਬ ਮੇਰੀਆਂ ਦੁਕਾਨਾਂ ਦੁਕਾਨਾਂ ਸਾਰੀਆਂ ਇਸ ਚੱਕਰ ਚ ਮੈਂ ਸ਼ੌਕ ਚ ਫਸਿਆ ਰਿਹਾ, ਮੇਰੀਆਂ ਦੁਕਾਨਾਂ ਦੁਕਾਨਾਂ ਇੱਦਾਂ ਖਾਪ ਹੋ ਗਈਆਂ, ਪਿਕ ਹੋ ਗਈਆਂ, ਸਭ ਹੋ ਗਿਆ। ਫਿਰ ਵਰਿੰਦਰ ਨੇ ਅਸੀਂ ਫਿਲਮ ਬਣਾਈ ਬਲਵੀਰੋ ਭਾਵੀ ਭਾਜੀ, ਉਹ ਕਾਫੀ ਉਹਨੇ ਮੇਰਾ ਸਹਿਯੋਗ ਦਿੱਤਾ, ਗੀਤ ਲਿਖ ਕੇ ਰਿਕਾਰਡਿੰਗ ਕਰਾਈ ਵਧੀਆ ਵਧੀਆ, ਆਹ ਗੀਤ ਆ ਉਹਨਾਂ ਦੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਸਾਡਾ ਸਾਥ ਫੜਾ ਦਿੱਤਾ। ਤਾਂ ਨਾਲ ਹੀ ਫਿਰ ਉਹਨਾਂ ਨੇ ਫਿਲਮ ਅਸੀਂ ਲਾਈ, 13-13 ਵੀਕਾਂ ਸਾਡੀ ਫਿਲਮ ਪੰਜਾਬ 'ਚ ਚੱਲੀ। ਉਹਨਾਂ ਟਾਈਮਾਂ 'ਚ ਟਰਾਲੀਆਂ ਦੇ ਲੋਕ ਆ ਕੇ, ਜਾਣੀ ਕਿ ਪੁਲਿਸ ਨੂੰ ਹਮੇਸ਼ਾ ਮਤਲਬ ਸਿਨੇਮਿਆਂ ਦੇ ਮੂਹਰੇ ਖੜ੍ਹੇ ਹੋ ਕੇ ਨਾ ਤਾਂ ਟਿਕਟਾਂ ਦਾ ਪ੍ਰਬੰਧ ਕਰਾਉਣਾ ਪੈਂਦਾ ਹੁੰਦਾ ਸੀ। 13 ਵੀਕਾਂ ਸਾਡੀ ਫਿਲਮ ਚੱਲੀ ਪੰਜਾਬ 'ਚ, 13-13 ਵੀਕਾਂ ਸਾਡੀ, ਐਡੀ ਹਿੱਟ ਫਿਲਮ। ਉਹਨੂੰ ਦੇਖ ਕੇ ਫਿਰ ਵਰਿੰਦਰ ਕਹਿੰਦਾ ਯਾਰ ਤੂੰ ਇੱਦਾਂ ਕਰ, ਮੇਰੀਆਂ ਫਿਲਮਾਂ ਦੇ ਗੀਤ ਲਿਖੇ। ਮੈਂ ਕਿਹਾ ਮੈਂ ਤਾਂ ਅੱਗੇ ਤੇਰੀਆਂ ਫਿਲਮਾਂ ਦੇ ਗੀਤ ਲਿਖਣਾ ਆ, ਕਿਉਂ ਕਿ ਮੇਰੇ ਬਸ ਦਾ ਰੋਗ ਨਹੀਂ, ਇਹ ਫਿਲਮ ਇੰਡਸਟਰੀ ਜਿਹੜੀ ਆ ਇਹਦੇ ਨਾਲ ਮੇਰੇ ਖਿਆਲ ਨਹੀਂ ਮਿਲਦੇ, ਮੈਂ ਇਹਨਾਂ 'ਚ ਰਹਿ ਕੇ ਕੰਮ ਨਹੀਂ ਕਰਵਾ ਸਕਦਾ, ਕਿਉਂ ਇੱਥੇ ਕਰਨਾ ਕੁਛ ਕਹਿਣਾ ਕੁਛ, ਮੇਰੀ ਜਿਹੜੀ ਗੱਲ ਹੈਗੀ ਆ ਮੇਰੀ ਇੱਕੋ ਗੱਲ ਹੁੰਦੀ, ਮੈਂ ਆਹ ਕੰਮ ਕਰਨਾ ਆਹ ਨਹੀਂ ਕਰਨਾ, ਦੋ ਹੀ ਸ਼ਬਦ ਆ ਮੇਰੇ, ਮੇਰਾ ਇਸ ਕਰਕੇ ਉਹਨਾਂ ਨਾਲ ਥੋੜ੍ਹੀ ਨਾ ਹੀ ਅਟੈਚਮੈਂਟ ਨਹੀਂ ਹੋ ਸਕੀ। ਉਹ ਤਾਂ ਮੈਂ ਬੰਨੇ ਲਾਈ ਫਿਲਮ, ਉਹ ਤੋਂ ਬਾਅਦ ਫਿਰ ਫਿਲਮ ਸਰਪੰਚ ਸੀਗੀ ਵਰਿੰਦਰ ਦੀ, ਉਹਦੇ ਮੈਂ ਗੀਤ ਲਿਖੇ, ਚੰਡੀਗੜ੍ਹ ਰਹਿਣ ਵਾਲੀ ਅਸੀਂ ਪੇਂਡੂ ਦੇ ਦਿਲਾਂ, ਮੈਂ ਪਹਿਲਾਂ ਜਿਹੜਾ ਗੀਤ ਸੀ ਉਹ ਰਿਕਾਰਡ ਕਰਾਇਆ, ਕੁੰਡਾ ਖੋਲ ਦੇ ਨੀ ਪੱਟ ਦੂੰ ਚਗਾਠ ਚੱਟੀ ਨੀ ਕੁੰਡਾ, ਉਹ ਸੁਪਰਹਿੱਟ ਫਿਲਮ ਹੋ ਗਈ ਹੈਂਜੀ। ਫਿਰ ਵਰਿੰਦਰ ਕਹਿੰਦਾ ਯਾਰ ਕਹਿੰਦਾ ਮੇਰੀਆਂ ਤੂੰ ਫਿਲਮ, ਮੈਂ ਬਟਵਾਰਾ ਸ਼ੁਰੂ ਕੀਤੀ, ਫਿਰ ਮੈਂ ਬਟਵਾਰਾ ਦੇ 8-9 ਗੀਤ ਬਟਵਾਰਾ ਦੇ ਸਾਰੇ ਲਿਖੇ, ਅਤੇ ਮਾਤਾ ਦੀ ਭੇਟ ਵੀ ਸੀਗੀ, ਅਤੇ ਹੈਗਾ ਮੈਂ ਤੈਨੂੰ ਹੈਂਡ ਬ੍ਰੇਕ ਲਗਾ ਕੇ ਮਸਾਂ ਪਹੁੰਚਾਇਆ ਨਹੀਂ, ਅਤੇ ਆਹ ਫਿਲਮ ਹੈਗੀ ਲੋਕੋ ਵੱਡਿਆ ਗੜਾਸਿਆਂ ਦੇ ਨਾਲ ਚੰਦਰਾਂ ਨੂੰ ਮਿਰਜ਼ੇ, ਕਾਫੀ ਗੀਤ ਜਾਣੀ ਸੁਪਰਹਿੱਟ ਹੋਇਆ। ਫਿਰ ਚੱਲ ਸੋ ਚੱਲ ਭਾਜੀ ਫਿਲਮਾਂ, 20 ਫਿਲਮਾਂ ਦੇ ਮੈਂ ਗੀਤ ਲਿਖੇ। ਅੱਛਾ ਤੁਸੀਂ ਰੋਲ ਵੀ ਕੀਤਾ ਸੀਗਾ ਬਲਬੀਰੋ ਭਾਬੀ? ਹਾਂ ਹਾਂ ਹਾਂ, ਉਹ ਮੈਂ ਇੱਦਾਂ ਹੋਈ ਜੀ, ਜਿਸ ਬੰਦੇ ਨੂੰ ਅਸੀਂ ਰੋਲ ਵਾਸਤੇ ਲਿਆ ਸੀਗਾ, ਉਹ ਤੁਹਾਨੂੰ ਪਤਾ ਫਿਲਮ ਇੰਡਸਟਰੀ ਵਿੱਚ ਉਹ ਜਦੋਂ ਥੋੜ੍ਹੇ ਜਿਹੇ ਪਹੁੰਚਿਆ ਵਿੱਚ ਥੋੜ੍ਹਾ ਜਿਹਾ ਉਹਦਾ ਕੰਮ ਹੋ ਗਿਆ, ਤਾਂ ਉਹਨੇ ਫਿਰ ਮਤਲਬ ਡਿਮਾਂਡਾਂ ਕਈ ਘਰ ਰੱਖ ਦਿੱਤੀਆਂ, ਕਿਉਂਕਿ ਸਾਡੇ ਕੋਲ ਤਾਂ ਅਸੀਂ ਤਾਂ ਪੈਰੀਂ ਹੱਥ ਲਾ ਕੇ ਫਿਲਮ ਬਣਾਉਣੀ ਸੀ, ਸਾਡੇ ਕੋਲ ਪੈਸੇ ਤਾਂ ਇੰਨੇ ਹੈ ਨਾ ਸੀ, ਕਿਉਂ ਪੰਜਾਬੀ ਫਿਲਮ ਉਹਨਾਂ ਟਾਈਮਾਂ 'ਚ ਪੈਰੀਂ ਹੱਥ ਲਾ ਕੇ ਬਣਦੀ ਸੀ, ਜਦੋਂ ਰੋਲ ਕਰਾਉਣਾ ਸ਼ੋਮਾ ਆਨੰਦ ਨੂੰ ਲਿਆ, ਉਹ ਪੈਸਿਆਂ ਨਾਲ ਥੋੜ੍ਹਾ ਲੈ ਸਕਦੇ ਸੀ ਪੰਜਾਬੀ ਫਿਲਮ 'ਚ। ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਪੈਸੇ ਤਾਂ ਇੰਨੇ ਹੈ ਨਹੀਂ, ਉਹ ਕਹਿੰਦਾ ਜੀ ਮੈਂ ਨਹੀਂ ਕੰਮ ਕਰਨਾ, ਮੈਂ ਕਿਹਾ ਚਲੋ ਨਾ, ਮੈਂ ਕਿਹਾ ਜੀ ਵਾਲੀਆਂ ਵਰਦੀਆਂ ਮੇਰੇ ਪਵਾ ਦਿਓ, ਵੀ ਇੰਨੀਆਂ ਪੰਜਾਬੀ ਹਾਂ ਅਸੀਂ, ਹੋਰ ਇੰਨਾ ਕੁਛ ਕਰਦੇ ਹਾਂ ਵੀ ਕਰ ਲਵਾਂਗੇ। ਉਹ ਫਿਰ ਮੈਂ ਪੁਲਿਸ ਇੰਸਪੈਕਟਰ ਦਾ ਰੋਲ ਆਪ ਕੀਤਾ ਫਿਲਮ ਦੇ ਵਿੱਚ, ਔਰ ਲੋਕਾਂ ਨੇ ਪਸੰਦ ਕੀਤਾ, ਉਹ ਮੇਰਾ ਆਪ ਹੈਗਾ ਇਸ ਢੰਗ ਦੇ ਨਾਲ। ਅਤੇ ਉਸ ਤੋਂ ਬਾਅਦ ਕੋਈ ਕੰਮ ਕੀਤਾ ਐਜ਼ ਏ ਐਕਟਰ? ਨਹੀਂ, ਮੈਂ ਕਿਸੇ ਫਿਲਮ 'ਚ ਕੰਮ ਨਹੀਂ ਕੀਤਾ, ਮੈਂ ਤਾਂ ਆਪਣੇ ਬੜੇ ਮੁਸ਼ਕਿਲ ਨਾਲ ਲਾਇਆ ਸੀਗਾ ਜੀ ਬੰਨੇ ਲਿਆ ਕੇ, ਅਤੇ ਮੈਂ ਹੋਰ ਕੀ ਕਰਨਾ ਸੀਗਾ ਜੀ, ਮੈਂ ਗੀਤ ਹੀ ਲਿਖੇ ਜੀ ਸਾਰੀਆਂ ਫਿਲਮਾਂ। ਪੰਜਾਬੀ ਫਿਲਮਾਂ ਦੀ ਜਾਨ ਵਰਿੰਦਰ ਬਾਰੇ ਤੁਸੀਂ ਕੀ ਕਹੋਗੇ? ਆਹਾ ਹਾ, ਵਰਿੰਦਰ ਬਾਰੇ ਤਾਂ ਭਾਜੀ ਜੇ ਭਗਵਾਨ ਵੀ ਕਹਿ ਦਈਏ ਨਾ ਉਹਦੀ ਰੂਹ, ਤਾਂ ਮੈਂ ਸਮਝਦਾ ਵੀ ਬਿਲਕੁਲ ਠੀਕ ਹੈ, ਇਹ 'ਚ ਕੋਈ ਹਰਕਤ ਨਹੀਂ ਹੈਗੀ। ਵਰਿੰਦਰ ਦੀਆਂ ਜਿਹੜੇ ਖਿਆਲ ਸੀ ਭਾਜੀ, ਗਰੀਬ ਨੂੰ ਅੱਗੇ ਲਿਜਾਣਾ, ਮਾੜੇ ਬੰਦੇ ਦੀ ਮਦਦ ਕਰਨੀ, ਪੈਸੇ ਵੱਲ ਧਿਆਨ ਨਹੀਂ ਦੇਣਾ, ਜਿਹਨੀ ਉਹਨਾਂ ਦੀਆਂ ਫਿਲਮਾਂ ਚਲਾਈਆਂ ਵਰਿੰਦਰ ਦੀਆਂ ਬਣੀਆਂ ਹੋਈਆਂ, ਸੁਪਰਹਿੱਟ ਹੋ ਗਿਆ ਉਹ ਬੰਦੇ ਨੇ, ਕਰੋੜਾਂ ਅਰਬਾਂ ਪਤੀ ਬਣ ਗਏ। ਕਈ ਵਾਰੀ ਪੰਮੀ ਨੇ ਉਹਨਾਂ ਦੀ ਵਾਈਫ ਨੇ ਮੈਨੂੰ ਕਹਿਣਾ ਚੰਦ ਸਾਹਿਬ ਤੂੰ ਭਾਜੀ ਇਹਨਾਂ ਨੂੰ ਕਿਉਂ ਨਹੀਂ ਕਹਿੰਦਾ ਫਿਲਮ ਪੈਸੇ ਨਹੀਂ ਲੈ ਕੇ ਆਉਂਦਾ ਫਿਲਮ ਦੇ ਆਉਂਦਾ, ਉਹਨੇ ਮੈਨੂੰ, ਮੈਂ ਵੀ ਇੱਦਾਂ ਕਈ ਵਾਰੀ ਕਹਿਣਾ ਯਾਰ ਵਰਿੰਦਰ ਮੈਨੂੰ ਵੀ ਤਾਂ ਨਾਲ ਫਸਾ ਲਿਆ, ਅਤੇ ਮੈਂ ਦੁਕਾਨ ਦੇਖ ਮੇਰੀ ਪਿੱਛੇ ਰੁਲਦੀ ਫਿਰਦੀ ਆ, ਪੰਮੀ ਇੱਦਾਂ ਬੈਠੀ ਅਸੀਂ ਉਹਨਾਂ ਦੇ ਘਰ ਬੈਠੇ, ਅਤੇ ਕਹਿੰਦਾ ਗੱਲ ਸੁਣੇ ਮੂੰਹ ਕਰ ਮੇਰੀ ਗੱਲ, ਪੰਮੀ ਕਹਿੰਦਾ ਆ ਜਾ ਅਤੇ ਚਾਹ ਪਿਲਾ ਦੇ, ਤਾਂ ਕਹਿੰਦਾ ਇਹ ਜਿਹੜੀਆਂ ਫਿਲਮਾਂ ਬਣਾਉਂਦੇ ਹਾਂ ਨਾ ਮੈਂ ਤਾਂ ਚਾਹੁੰਦਾ, ਇਹ ਫਿਲਮਾਂ ਅਸੀਂ ਪੈਸੇ ਲਈ ਨਹੀਂ ਬਣਾ ਰਹੇ ਹੈਗੇ,
ਮੈਨੂੰ ਵੀ ਕਹਿੰਦਾ ਤੂੰ ਆਪਣੀਆਂ ਦੁਕਾਨਾਂ ਦਾ ਦਿਮਾਗ ਚੋਂ ਕੱਢ ਦੇ, ਅਸੀਂ ਮਰਨ ਦੇ ਮਗਰੋਂ 100 ਸਾਲ ਹੋਰ ਜੀਣ ਲਈ ਬਣਾ ਰਹੇ ਹਾਂ। ਆਹ ਜਿਹੜੇ ਹੁਣ ਦੇ ਟਾਈਮ ਦੇ ਵਿੱਚ ਕਰੋੜਾਂ ਅਰਬਾਂਪਤੀ ਮਰਦੇ ਆ, ਇਹਨਾਂ 15 ਦਿਨ ਤੋਂ ਬਾਅਦ ਪਤਾ ਨਹੀਂ ਕਿਹੜਾ ਸੀਗਾ। ਮੇਰੇ ਮਰਨ ਦੇ ਮਗਰੋਂ ਮੇਰਿਆਂ ਪੁੱਤ ਪੋਤਿਆਂ ਨੇ ਦੁਨੀਆਂ ਨੂੰ ਮੈਨੂੰ ਉਹੀ ਦੇਖਣਾ ਵੀ ਚਿੱਤਰਹਾਰ ਵਿੱਚ ਵੀ ਆਹ ਕੀ ਕਰ ਰਿਹਾ ਵਰਿੰਦਰ, ਉੱਦਾਂ ਦਾ ਵਰਿੰਦਰ ਹਾਲੇ ਉਹੀ ਉਮਰ ਆ ਵਰਿੰਦਰ ਦੀ, ਉਹੀ ਕੰਮ ਕਰ ਰਿਹਾ, ਨਹੀਂ ਤਾਂ ਕੋਈ ਹੋਰ ਮਿਸਾਲ ਪੰਮੀ ਦੇ ਦੇ। ਜੇ ਤੂੰ ਪੈਸਿਆਂ ਦੇ ਚੱਕਰ 'ਚ ਫਸੀ ਆ, ਪੈਸੇ ਤੈਨੂੰ ਉੱਦਾਂ ਮੈਂ ਬਥੇਰੇ ਲਿਆ ਦਿੰਦਾ, ਪਰ ਮੈਂ ਆਹ ਲਾਈਨ ਦੇ ਵਿੱਚ ਪੈਸਿਆਂ ਬਾਰੇ ਇੰਨੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਮੈਨੂੰ ਵੀ ਕਹਿੰਦਾ ਵੀ ਜੇ ਤੇਰੀਆਂ ਦੁਕਾਨਾਂ ਜਾਂਦੀਆਂ ਲੱਗੀਆਂ ਕੋਈ ਫਰਕ ਨਹੀਂ ਕਰੋ, ਵੀ ਇਹ ਆਪਾਂ ਉਹ ਲੌਂਗ ਟਾਈਮ ਵਾਸਤੇ ਜੀਣ ਲਈ ਬਣਾ ਲੈ, ਕੋਈ ਉੱਦਾਂ ਦਾ ਹੋਰ ਕੋਈ ਜ਼ਰੀਆ ਨਹੀਂ ਹੈਗਾ। ਜਿਹੜਾ ਬੰਦਾ ਮਰਨ ਦੇ ਮਗਰੋਂ ਵੀ 100 ਸਾਲ ਜੀਂਦਾ, ਉਹਨੇ ਮੈਨੂੰ ਸਾਈਕਲ ਦੀ ਦਿੱਤੀ ਮਿਸਾਲ, ਹੋਰ ਕਾਫੀ ਦਿੱਤੀ। ਉਹ ਕਹਿੰਦਾ ਕਿੱਥੇ ਆ ਬੰਦੇ ਅੱਜ, ਔਰ ਉਹ ਤੁਸੀਂ ਟੀਵੀ 'ਚ ਦੇਖ ਰਹੇ ਆ, ਗਾਉਂਦੇ ਸੁਣ ਰਹੇ ਆ, ਤੁਸੀਂ ਹੋਰ ਤਾਂ ਸੁਣਾਓ ਮਿਸਾਲ ਇੰਡੀਆ ਦੀ ਕਿਹੜੀ ਆ ਜਿਹੜਾ ਕਰੋੜਾਂ ਅਰਬਾਂਪਤੀ ਬੰਦਾ ਜਿਹੜਾ ਤੁਹਾਨੂੰ ਜੀਂਦੀ ਐਸਾ ਹਾਲਤ ਵਿੱਚ ਮਿਲ ਜਾਵੇ। ਤੇ ਮੈਂ ਤਾਂ ਜੀ ਫਿਰ ਉਹਨਾਂ ਦਾ ਪੱਲਾ ਫੜ ਲਿਆ, ਨਾਲ ਤੁਰ ਪਏ ਬਸ। ਸਹੀ ਗੱਲ। ਫਿਰ ਮਾਨ ਸਨਮਾਨਾਂ ਬਾਰੇ ਤੁਸੀਂ ਕੀ ਕਹੋਗੇ? ਮਾਨ ਸਨਮਾਨ ਭਾਜੀ ਜਿਹੜੀ ਗੱਲ ਆ ਨਾ, ਜੇ ਤੁਹਾਨੂੰ ਸਹੀ ਦੱਸਾਂ ਮੈਂ ਨਾ ਗੱਲ, ਤੁਸੀਂ ਕਹਿਣਾ ਬਈ ਇਹ ਬਦਲੇ ਇੱਦਾਂ ਦਾ, ਮੇਰੀਆਂ ਵੈਸੇ ਆਦਤਾਂ ਵੀ ਬੋਲਣ ਦੀਆਂ ਇੱਦਾਂ ਹੈਗੀਆਂ, ਤੁਸੀਂ ਕਹਿਣਾ ਮਾਨ ਸਨਮਾਨ ਅਸਲੀ ਭਾਜੀ ਆ ਜਿਹੜਾ ਹੈਗਾ ਨਾ, ਜਿਹੜੇ ਗੀਤ ਉਹ ਲਿਖਦਾ ਸ਼ਾਇਰ, ਜਦੋਂ ਉਹਦੀ ਰਿਕਾਰਡਿੰਗ ਹੋ ਜਾਂਦੀ ਹੈ ਗੀਤਾਂ ਦੀ, ਜਦੋਂ ਬਾਜ਼ਾਰ 'ਚ ਆ ਕੇ ਸੇਲ ਹੁੰਦੇ ਲੱਖਾਂ 'ਚ ਦਾ 'ਚ, ਇਹ ਉਹਦਾ ਮਾਨ ਆ। ਸਹੀ ਗੱਲ। ਉਹਦਾ ਅਸਲੀ ਮਾਨ ਇਹ ਆ ਕਿ ਬਾਜ਼ਾਰ ਵਿੱਚ ਕੰਪਨੀਆਂ ਵਾਲੇ ਖੁਸ਼ ਆ, ਉਹਦਾ ਲੱਖਾਂ ਦੀ ਤਦਾਦ 'ਚ ਰਿਕਾਰਡਿੰਗ ਸੇਲ ਹੋ ਰਹੀ ਆ, ਤੇ ਲੋਕ ਕਹਿੰਦੇ ਵਾਹ ਜੀ ਵਾਹ ਬਹੁਤ ਅੱਛਾ ਲਿਖਿਆ, ਇਹ ਅਸਲੀ ਮਾਨ ਉਹਦਾ ਇਹ ਹੈ। ਵੈਸੇ ਮੇਰਾ ਮਾਨ ਮਤਲਬ ਜਿਹੜਾ ਪ੍ਰਧਾਨ ਮੰਤਰੀ ਗੁਜਰਾਲ ਸਾਹਿਬ ਹੋਣੀ ਕਾਫੀ ਮੇਰਾ ਵਧੀਆ ਢੰਗ ਨਾਲ, ਆਪਣੇ ਚੰਦਰ ਸ਼ੇਖਰ ਜੀ ਹੋਣੀ ਪ੍ਰਧਾਨ ਮੰਤਰੀ, ਹੈਂਜੀ, ਫਿਰ ਹੋਰ DIG IG ਪੰਜਾਬ ਦੇ ਅਮਰਜੀਤ ਜੀ ਸਮਰਾ ਮਾਲ ਮੰਤਰੀ ਪੰਜਾਬ, ਤੇ ਬੂਟਾ ਮੰਡੀ 'ਚ ਬਹੁਤ ਵੱਡਾ ਸਮਾਗਮ ਹੁੰਦਾ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ, ਉਹਨਾਂ ਨੇ ਮੇਰਾ ਬਹੁਤ ਵੱਡਾ ਸਨਮਾਨ ਕੀਤਾ, ਸਮਝਦੇ ਕਿ ਨਹੀਂ ਗੱਲ, ਕਿਉਂਕਿ ਉਹਨਾਂ ਨੇ ਇਸ ਮਿਸ਼ਨ ਦੇ ਵਿੱਚ, ਕਿਉਂਕਿ ਮੈਂ ਸ਼ੁਰੂਆਤ ਇਸ ਮਿਸ਼ਨ ਦੇ ਵਿੱਚ ਗੀਤ ਲਿਖਣੇ ਆਪ ਮੈਂ ਹੀ ਸ਼ੁਰੂਆਤ ਕੀਤੀ ਇਸ ਮਿਸ਼ਨ 'ਚ, ਇਸ ਕਰਕੇ ਮਾਣ ਜਿਹੜਾ ਬਾਕੀ ਹੋਰ ਸੰਤ ਜਿੰਨੇ ਮੱਤ ਹੈਗੇ ਆ ਗੁਰਦੁਆਰੇ ਮੰਦਰ, ਇਹਨਾਂ ਨੇ ਮੇਰਾ ਬੜਾ ਮਾਣ ਸਨਮਾਨ ਆਹ ਕੀਤਾ ਆ, ਤੁਸੀਂ ਦੇਖ ਰਹੇ ਆ ਸਾਹਮਣੇ, ਠੀਕ ਹੈ ਕਿ ਨਹੀਂ, ਇਸ ਕਰਕੇ ਇਹਦਾ ਦੱਸਣਾ ਵੀ ਮੁਸ਼ਕਲ, ਤੁਸੀਂ ਦੇਖ ਲਓ ਵੀ ਆ ਮੇਰੇ ਕਮਰੇ ਭਰੇ ਪਏ ਆ ਮਾਣ ਸਨਮਾਨ ਦੇ ਨਾਲ, ਪਰ ਜਿਹੜੇ ਮਾਣ ਸਨਮਾਨ ਹੈਗੇ ਅੱਜ ਕੱਲ੍ਹ ਦਿਖਾਵਾ ਵੀ ਹੈਗਾ ਤੇ ਪੈਸੇ ਦੀ ਗੇਮ ਵੀ ਹੈਗੀ। ਉਹ ਪੈਸੇ ਦੀ ਗੇਮ ਇਦਾਂ ਆ ਭਾਜੀ, ਦਿਖਾਵਾ ਇਦਾਂ ਆ, ਕਈ ਬੰਦਿਆਂ ਨੂੰ ਜਿਨ੍ਹਾਂ 'ਚ ਕੋਈ ਪ੍ਰੀਤੀਆਂ ਜਾਂ ਜਿਨ੍ਹਾਂ ਨੂੰ ਕੁਛ ਮਤਲਬ ਇਸ ਲਾਈਨ 'ਚੋਂ ਘਾਟ ਮਹਿਸੂਸ ਕਰਦੇ ਆ, ਹਾਂਜੀ, ਜਿਸ ਲਾਈਨ ਇਸ ਘਾਟ ਮਹਿਸੂਸ ਕਰਦੇ ਆ ਇਸ ਲਾਈਨ ਵਿੱਚ, ਤੁਸੀਂ ਉਹਨਾਂ ਬੰਦਿਆਂ ਨੂੰ ਕਈ ਵਸੀਲੇ ਮਤਲਬ ਕਰਨੇ ਪੈਂਦੇ ਆ, ਮਾਣ ਸਨਮਾਨ ਆਪਣਾ ਮਾਣ ਲੈਣ ਨਾਲੋਂ ਵੱਧ ਮਾਣ ਕੋਲੋਂ ਕਰ ਦਿੰਦੇ ਪਹਿਲਾਂ ਹੀ, ਸਮਝਦੇ ਕਿ ਨਹੀਂ ਗੱਲ, ਉਹ ਨਕਲੀ ਮਾਣ ਮੈਂ ਨਹੀਂ ਲੋੜ, ਮੈਂ ਤੁਹਾਨੂੰ ਦੱਸਦਾ ਕਿ ਮੇਰਾ ਅਸਲੀ ਮਾਣ ਇਹੀ ਆ ਵੀ ਮੇਰੇ ਗੀਤ ਵਿਕਣੇ ਚਾਹੀਦੇ ਆ, ਮੈਨੂੰ ਉਹ ਝੂਠੇ ਮਾਣ ਵਡਿਆਈ ਦੀ ਲੋੜ ਨਹੀਂ ਬਿਲਕੁਲ। ਅੱਛਾ, ਇਹ ਜੇ ਗੀਤਕਾਰ ਤੁਸੀਂ ਜੋ ਸੋਚਿਆ ਸੀਗਾ ਪੂਰਾ ਹੋਇਆ ਲਾਈਫ ਦੇ ਵਿੱਚ, ਜੋ ਤੁਸੀਂ ਸੋਚਿਆ ਸੀਗਾ ਗੀਤਕਾਰ ਬਣਨਾ? ਨਹੀਂ ਨਹੀਂ ਹਾਲੇ ਨਹੀਂ ਹੋਇਆ, ਪਤਾ ਕੀ ਆ ਕਿ ਇਹ ਟਾਰਗੇਟ ਐਡਾ ਲੰਮਾ ਭਾਜੀ, ਬਈ ਮੈਂ ਇਹ ਮੈਂ ਤਦ ਗਿਆਨ ਮੈਨੂੰ ਮਿਲਿਆ ਸੀਗਾ ਮੈਂ ਭੈਣ ਲਤਾ ਜੀ ਉਹਨਾਂ ਦੇ ਕੋਲੋਂ, ਉਹਨਾਂ ਨੂੰ ਮੈਂ ਪੁੱਛ ਰਿਹਾ ਸੀ ਭੈਣ ਜੀ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ, ਕਹਿੰਦੇ ਅੱਜ ਕੱਲ੍ਹ ਸਿੱਖ ਰਹੇ ਹਾਂ ਕੁਛ ਹੋਰ ਨਵੀਆਂ ਚੀਜ਼ਾਂ ਕਰ ਰਹੇ ਹਾਂ, ਜਦੋਂ ਉਹ ਪਹੁੰਚੇ ਉਹ ਜਿਹੜੇ ਆ ਜਿੱਥੇ ਜਿਹਨਾਂ ਜਿੱਥੇ ਦੀ ਦੱਸ ਨਹੀਂ ਸਕਦੇ ਅਸੀਂ ਕੁਛ ਵੀ, ਔਰ ਪੈਰੀਂ ਹੱਥ ਲਾਉਣ ਵਾਲੇ ਅਸੀਂ ਉਹਨਾਂ ਦੇ, ਉਹ ਹਾਲੇ ਇਹ ਕਹਿ ਰਹੇ ਤਾਂ ਰਿਆਜ਼ ਕਰਦੇ ਹਾਂ ਜੀ ਬਹੁਤ ਕੁਛ ਸਿੱਖ ਰਹੇ ਹਾਂ, ਤਾਂ ਮੇਰਾ ਟਾਰਗੇਟ ਹਾਲੇ ਕਿੱਥੋਂ ਪਿਆ, ਮੈਂ ਤਾਂ ਬਹੁਤ ਦੂਰ ਬੈਠਾ ਹਾਲੇ। ਲਤਾ ਜੀ ਨੂੰ ਕਿੱਥੇ ਮਿਲੇ ਸੀਗੇ ਤੁਸੀਂ?
ਦਰਸ਼ਨ ਕਰਨ ਗਏ ਸੀ ਮਹਿੰਦਰ ਕਪੂਰ ਜੀ, ਉਹਨਾਂ ਨੂੰ ਕਿਹਾ ਸੀ ਮੈਨੂੰ ਦਰਸ਼ਨ ਕਰਾਓ ਕਿਉਂਕਿ ਇੱਕ ਦੇਵੀ ਆ ਜਿਉਂਦੀ ਜਾਗਦੀ ਅੰਬਰ, ਜਿਹਨਾਂ ਨੂੰ ਮਤਲਬ ਪੈਰੀਂ ਹੱਥ ਲਾਉਣ ਲਈ ਤਰਸ ਰਿਹਾ। ਇਸ ਕਰਕੇ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਭਾਜੀ, ਟਾਰਗੇਟ ਬੜੇ ਲੰਮੇ ਹੁੰਦੇ ਇਸ ਲਾਈਨ ਵਿੱਚ, ਪਰ ਹਾਲੇ ਫਿਲਮਾਂ ਮੈਂ ਭਾਵੇਂ 20 ਲਿਖ ਚੁੱਕਾ, ਹਜ਼ਾਰਾਂ ਦੀ ਤਾਦਾਦ 'ਚ ਮੇਰੀ ਰਿਕਾਰਡਿੰਗ ਹੋ ਚੁੱਕੀ ਆ, ਕਾਫੀ ਸੁਪਰ ਹਿੱਟ ਇਸ ਵੇਲੇ ਰਿਕਾਰਡਿੰਗਾਂ, ਧਾਰਮਿਕ ਵੀ ਦੂਸਰੀਆਂ ਵੀ ਆ ਰਹੀਆਂ, ਪਰ ਮੈਂ ਹਾਲੇ ਮਿਹਨਤ ਕਰ ਰਿਹਾ, ਮੈਂ ਹਾਲੇ ਬਹੁਤ ਕੁਛ ਲਿਖਣਾ। ਮੇਲਿਆਂ ਬਾਰੇ ਤੁਸੀਂ ਕਹੋ ਕੀ ਕਹੋਗੇ, ਕਿਉਂਕਿ ਪੰਜਾਬ ਇੱਕ ਮੇਲਿਆਂ ਦੀ ਟੈਰੀਟਰੀ ਬਣ ਗਿਆ ਹੈਗਾ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਮੇਲਿਆਂ ਦੇ ਇੱਦਾਂ ਆ ਭਾਜੀ, ਮੇਲੇ ਆਮ ਇਹ ਹੋ ਗਿਆ ਵੀ ਬੇਰੁਜ਼ਗਾਰੀ ਪੈ ਗਈ, ਕਿਉਂ ਇੰਨੇ ਜ਼ਿਆਦਾ ਕਲਾਕਾਰਾਂ ਤੋਂ ਸ਼ੁਰੂ ਹੁੰਦਾ ਇਹ ਮੇਲਾ, ਜਿੰਨੇ ਬਾਬੇ ਜਗ੍ਹਾ ਤੇ ਬਕਾਇਦਾ ਹੈਗੇ ਆ ਕਿ ਥੋੜੀ ਬਹੁਤ ਜਗ੍ਹਾ ਦੇ ਉੱਤੇ ਬੈਠੇ ਹੁੰਦੇ ਸੀ, ਔਰ ਮੁੱਲ ਪੈਸਿਆਂ ਨੂੰ ਉਹ ਜਿੱਦਾਂ ਇਹ 2-2 ਲੱਖ ਦੱਸਦੇ ਹੁੰਦੇ ਸੀ, 1.5-1.5 ਲੱਖ ਦੱਸਦੇ ਹੁੰਦੇ ਸੀ, 2.5-2.5 ਲੱਖ ਦੱਸਦੇ ਹੁੰਦੇ ਸੀ ਫੀਸਾਂ, ਉਹਦੇ ਹਿਸਾਬ ਨਾਲ ਬਾਬੇ ਲਿਆ ਨਹੀਂ ਸਕਦੇ ਹੁੰਦੇ, ਸਮਝ ਕੇ ਨਾ। ਇਹ ਜਦੋਂ ਬੇਰੁਜ਼ਗਾਰ ਹੋਏ ਆ, ਇਹਨਾਂ ਨੇ ਕੀਤੇ ਆ ਜਿਹੜੇ ਹੈਗੇ ਆ ਪੈਲਸਾਂ ਦੇ ਵਿੱਚ, ਉਹ ਕੁੜੀਆਂ ਮੁੰਡੇ ਨਚਾਉਣ ਵਾਲੇ, ਉਹਨਾਂ ਨੇ ਜਦੋਂ ਇਹ ਬੇਰੁਜ਼ਗਾਰ ਹੋ ਗਿਆ, ਇਹਨਾਂ ਨੂੰ ਕੋਈ ਨਹੀਂ ਉੱਥੇ ਬੁਲਾਉਂਦਾ, ਬਹੁਤ ਘੱਟ ਬੁਲਾਉਂਦੇ ਆ, ਉਹ ਅਗਲਾ ਮੋਹਰੇ ਸੁਣਦਾ ਵੀ ਕਿਹੜਾ ਗੀਤ ਲਾਉਣਾ, ਉਹ ਕਹਿੰਦਾ ਲਓ ਜੀ ਹੁਣੇ ਲਾ ਦਿੰਦੇ ਆ, ਗੁਰਦਾਸ ਮਾਨ ਲਓ ਜੀ ਹੁਣੇ ਲਾ ਦਿੰਦੇ, ਹੰਸ ਲਓ ਜੀ ਹੁਣੇ ਲਾ ਦਿੰਦੇ ਆ, ਸਾਹਮਣੇ ਇੱਕ ਬੰਦੇ ਨੂੰ ਲਿਆ ਕੇ ਤੁਸੀਂ ਉਹਦੇ ਕੋਲੋਂ ਇੰਨੀ ਵਰਾਇਟੀ ਨਹੀਂ ਲੈ ਸਕਦੇ। ਇਹਨਾਂ ਨੇ ਨਾ ਬੇਰੁਜ਼ਗਾਰ ਕਰਤੇ, ਹੁਣ ਇਹ ਵਿਚਾਰੇ ਮੇਲਿਆਂ ਮੂਲਿਆਂ ਜੋਗੇ ਜ਼ਿਆਦਾ ਆ, ਜੋ ਮਾਣ ਕਰ ਦੇਵੇ ਬਾਬਾ ਜੋ ਦੇ ਦੇਵੇ, ਇਸ ਕਰਕੇ ਮੇਲੇ ਲੋਕ ਉਹ ਦੇਖਣ ਲਈ ਜ਼ਿਆਦਾ ਜਾਂਦੇ, ਇਹਨਾਂ ਨੂੰ ਜ਼ਿਆਦਾ ਦੇਖਣ ਲਈ ਜਾਂਦੇ ਆ ਲੋਕ, ਕਲਾਕਾਰ 70-70 ਤੁਸੀਂ ਮੰਨਣਾ ਨਹੀਂ, 60-70-70 ਮੇਰੇ ਮਾਣ ਬਹੁਤ ਜਗ੍ਹਾ ਇੱਦਾਂ ਦੀਆਂ ਜਗ੍ਹਾ 'ਤੇ ਹੋਏ ਆ, ਪਰ ਉੱਥੇ ਮੈਂ 60-70-70 ਕਲਾਕਾਰ ਦੇਖੇ। ਆਇਓ ਚੰਗਾ ਗਾਇਕ ਬਣਨ ਲਈ ਕੀ ਕੀ ਜ਼ਰੂਰੀ ਹੈ? ਗਾਇਕ ਬਣਨ ਲਈ ਤਾਂ ਭਾਜੀ ਗਾਇਕਾਂ ਨੂੰ ਵੈਸੇ ਪਤਾ ਆ, ਵੈਸੇ ਮੈਂ ਤਾਂ ਇਹ ਗੱਲ ਕਹੂੰਗਾ ਇੱਕ ਤਜਰਬੇਕਾਰ, ਮੈਂ ਇਹ ਕਹਿੰਦਾ ਕਿ ਜਿਹੜੀ ਪੰਜਾਬ ਦਾ ਆਪਣਾ ਸੱਭਿਆਚਾਰ ਕਰਨਾ ਜਾਂ ਪੰਜਾਬ ਦੀਆਂ ਸਾਡੇ ਰੀਤੀ ਰਿਵਾਜ਼ ਆ ਸਾਡੇ ਬਜ਼ੁਰਗਾਂ ਦੇ ਪਹਿਲਾਂ ਤੋਂ, ਉਹਨਾਂ ਨੂੰ ਨਹੀਂ ਉਹਨੂੰ ਭੁੱਲਣਾ ਚਾਹੀਦਾ, ਉਹਨੂੰ ਲੈ ਕੇ ਸ਼ਿੰਗਾਰ ਰਸ ਵਿੱਚ ਲੈ ਲਓ, ਉਹਨੂੰ ਵਧੀਆ ਰਸ ਵਿੱਚ ਲੈ ਕੇ ਉਹਨਾਂ ਨੂੰ ਪੇਸ਼ ਕਰੋ। ਪਰ ਜਿਹੜਾ ਵਿਦੇਸ਼ੀ ਆਪਾਂ ਮਿਊਜ਼ਿਕ ਜਾਂ ਵਿਦੇਸ਼ੀ ਚੀਕ ਚਕਾੜਾ ਜਿਹੜਾ ਆ, ਇਹ ਬਹੁਤਾ ਵਧੀਆ ਨਹੀਂ ਹੈਗਾ ਆਪਣੇ ਕਲਾਕਾਰਾਂ ਨੂੰ ਲੱਗਦਾ ਹੈਗਾ, ਇਹ ਉਹੀ ਕਰ ਸਕਦੇ ਆ, ਪਰ ਇਹ ਬਹੁਤਾ ਚਿਰ ਨਾ ਰਹਿਣਾ ਹੀ ਹੈ, ਕਿਉਂਕਿ ਮਹਿਮਾਨ ਕਿਸੇ ਦੇ ਘਰ ਆ ਕੇ ਤੁਹਾਨੂੰ ਪਤਾ ਦੂਰੋਂ 2-4 ਦਿਨ ਰਹਿ ਸਕਦਾ, ਬਹੁਤਾ ਚਿਰ ਨਹੀਂ ਰਹਿ ਸਕਦਾ, ਸਮਝੇ? ਇਸ ਕਰਕੇ ਮੈਂ ਕਹਿੰਦਾ ਕਿ ਆਪਣਾ ਜਿਹਨੇ ਵੀ ਆਪਣਾਪਨ ਨਹੀਂ ਗੁਆਇਆ ਸਾਡੇ ਕਲਾਕਾਰਾਂ ਨੂੰ, ਉਹ ਹੁਣ ਵੀ ਹੈਗੇ ਜਿੰਦੇ, ਉਹਨੇ ਆਪਣਾਪਨ ਨਹੀਂ ਗੁਆਇਆ, ਉਹ ਕਹਿੰਦੇ ਜੀ ਉਹਨੂੰ ਲਿਆਓ, ਉਹਦਾ ਸਟਾਈਲ ਪਸੰਦ ਆ, ਉਸ ਬੰਦੇ ਨੂੰ ਲਿਆਓ। ਜਿਹੜੇ ਬੰਦੇ ਚੱਕਰਾਂ 'ਚ ਪੈ ਗਏ, ਕਦੇ ਕਿਸੇ ਦੇ ਮਗਰ ਲੱਗ ਗਿਆ, ਕਦੇ ਕਿਸੇ ਦੇ ਮਗਰ ਲੱਗ ਗਿਆ, ਉਹ ਬੰਦੇ ਹੁਣ ਵੀ ਰੋਲਦੇ। ਅੱਜ ਕੱਲ੍ਹ ਜਿਹੜੇ ਗਾਇਕ ਹੈਗੇ ਗਾਉਂਦੇ ਘੱਟ ਅਤੇ ਨੱਚਦੇ ਜ਼ਿਆਦਾ ਹੈਗੇ ਆ, ਤੁਸੀਂ ਕੀ ਕਹੋਗੇ? ਇਹ ਭਾਜੀ ਮੇਰੇ ਕੋਲੋਂ ਹੀ ਕਹਾਉਣਾ ਤੁਸੀਂ, ਇਹ ਇੱਦਾਂ ਆ ਕਿ ਜਿਹੜੀ ਬੰਦਿਆਂ 'ਚ ਕਮਜ਼ੋਰੀਆਂ ਆ, ਹਮੇਸ਼ਾ ਜਿਹੜੇ ਕਲਾਕਾਰ 'ਚ ਕਮਜ਼ੋਰੀ ਆ, ਜਿਹਨੇ ਰਾਗ ਉਹੀ ਰਾਗਾਂ ਦੀ ਗੱਲ ਆ ਗਈ ਆ, ਇਹ ਰਾਗਾਂ ਦਾ ਅਭਿਆਸ ਜਿਸ ਬੰਦੇ ਦੇ ਕੋਲ ਹੈ ਨਹੀਂ, ਕੋਈ ਚੀਜ਼ ਨਹੀਂ ਸੁਣਾ ਸਕਦਾ, ਉਹ ਜਾਂ ਤਾਂ ਸਾਜ਼ ਅੱਗੇ ਕਰ ਦਿੰਦਾ ਆ ਰੌਲੇ 'ਚ, ਤਾਂ ਜਾਂ ਕੁੜੀਆਂ ਜਿਹੜੀਆਂ ਡਾਂਸਰਾਂ ਆ ਇਹਨਾਂ ਨੂੰ ਰੌਲੇ ਗੋਲੇ 'ਚ ਪਾ ਕੇ ਧਿਆਨ ਲੋਕਾਂ ਦਾ 75% ਦੂਜੇ ਪਾਸੇ ਲੈ ਜਾਂਦਾ, ਉਹਦੇ ਬੋਲਾਂ ਦੀ ਸਮਝ ਨਹੀਂ ਆਉਂਦੀ ਉਹ ਕੀ ਗਾ ਰਿਹਾ, ਬੇਸੁਰਾ ਗਾ ਰਿਹਾ, ਬੇਤਾਲਾ ਗਾ ਰਿਹਾ, ਉਹ ਲੋਕਾਂ ਨੂੰ ਨਾ ਸਮਝ ਆਉਣ ਦੀ ਖਾਤਰ ਉਹਨੂੰ ਮਤਲਬ ਇੱਦਾਂ ਦਾ ਨਾ ਕੁਛ ਕਈ ਉਪਰਾਲੇ ਕਰਨੇ ਪੈਂਦੇ ਆ। ਜਿਹੜੇ ਵਧੀਆ ਕਲਾਕਾਰ ਹੁਣ ਵੀ ਵਧੀਆ ਗਾਉਂਦੇ ਆ ਉਹਨਾਂ ਨਾਲ ਐਡਾ ਸ਼ੋਰ ਸ਼ਰਾਬਾ ਨਹੀਂ ਹੁੰਦਾ। ਪਹਿਲਾਂ ਦੀ ਗਾਇਕੀ ਅਤੇ ਅੱਜ ਦੀ ਗਾਇਕੀ 'ਚ ਕੀ ਫਰਕ ਹੈਗਾ? ਪਹਿਲਾਂ ਦੀ ਗਾਇਕੀ ਭਾਜੀ ਜਿਹੜੀ ਸੀ ਸੁਣਨ ਵਾਲੀ ਹੁੰਦੀ ਸੀਗੀ, ਹਾਂਜੀ ਅੱਜ ਦੀ ਗਾਇਕੀ ਵੇਖਣ ਵਾਲੀ ਆ ਟੀਵੀ 'ਤੇ, ਇਹ ਫਰਕ। ਇੱਕ ਹਰੇਕ ਆਦਮੀ ਇੱਕ ਮਹਾਨ ਹਸਤੀ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਹੈਗਾ, ਘਰਦਿਆਂ ਦਾ, ਬਾਹਰ ਦਾ,
ਤੁਸੀਂ ਆਪਣੀ ਲਾਈਫ ਦੇ ਵਿੱਚ ਕਿਸ ਦਾ ਹੱਥ ਮੰਨਦੇ ਆ? ਮੈਂ ਭਾਜੀ ਹੱਥ ਦੀ ਤਾਂ ਕੋਈ ਗੱਲ ਨਹੀਂ, ਐਡੀ ਸਹਿਯੋਗ ਦੀ ਗੱਲ ਕਰਦਾ ਮੈਂ। ਜਿਹੜਾ ਸਹਿਯੋਗ ਆ ਮੇਰੀ ਵਾਈਫ ਦਾ ਸਹਿਯੋਗ ਹੈਗਾ ਬਹੁਤ ਜ਼ਿਆਦਾ, ਨਿਰੰਜਨ ਕੌਰ ਉਹਨਾਂ ਦਾ ਨਾਂ ਆ। ਉਹਨਾਂ ਨੇ ਮੈਨੂੰ ਜਦੋਂ ਮੈਂ ਮੇਰੀ ਮੈਰਿਜ ਵੀ ਹੋਈ ਆ ਉਹਦੇ ਬਾਅਦ ਵਿੱਚ ਉਹਨਾਂ ਨੇ ਮੇਰਾ ਇਸ ਲਾਈਨ ਨੂੰ ਮੈਨੂੰ ਇੱਦਾਂ ਨਹੀਂ ਕਦੇ ਕਿਹਾ, ਨਹੀਂ ਤਾਂ ਆਮ ਹੁੰਦਾ ਘਰ ਦੇ ਵਿੱਚ ਤੂੰ ਇੰਨੇ ਵਜੇ ਕਿੱਥੋਂ ਆਇਆ, ਤੂੰ ਹੁਣ ਕੋਲ ਕੇ ਲਿਆ ਨਹੀਂ, ਰੋਟੀ ਜੋਗੇ ਪੈਸੇ ਹੈਗੇ ਕਿ ਨਹੀਂ, ਇਹ ਕੰਮ ਕਿਹੜਾ ਕਰਦਾ। ਪਰ ਉਹਨੇ ਮੇਰਾ ਹਮੇਸ਼ਾ ਇਸ ਲਾਈਨ 'ਚ ਸਹਿਯੋਗ ਦਿੱਤਾ ਵੀ ਤੁਹਾਡਾ ਕੰਮ ਪੂਰਾ ਹੋ ਗਿਆ, ਤੁਹਾਡੀ ਰਿਕਾਰਡਿੰਗ ਜਿਹੜੀ ਗਈ ਸੀ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹੀ ਪੁੱਛਿਆ, ਨਾ ਕਿ ਮੇਰੀ ਜੇਬ ਨਹੀਂ ਦੇਖੀ, ਪਹਿਲਾਂ ਜੇਬ 'ਚ ਦੇਖਾਂ ਜੇ ਕੋਈ ਪੈਸਾ ਹੈਗਾ, ਇੱਦਾਂ ਦੀ ਗੱਲ ਨਹੀਂ ਉਹ ਕੀਤੀ। ਮੈਂ ਉਹਨਾਂ ਦਾ ਸਹਿਯੋਗ ਬਹੁਤ ਜ਼ਿਆਦਾ, ਮੈਨੂੰ ਉਹਨਾਂ ਦਾ ਸਹਿਯੋਗ ਮਿਲਿਆ ਜਿਹੜਾ ਹੁਣ ਤੱਕ ਮਿਲਦਾ ਆ, ਔਰ ਕਾਫੀ ਕੁਛ ਉਹਨਾਂ ਨੇ ਮੈਨੂੰ ਉਹਨਾਂ ਤੋਂ ਸਿੱਖਣ ਨੂੰ ਇਹ ਮਿਲਿਆ ਮੈਨੂੰ ਕਿ ਬੰਦੇ ਨੂੰ ਦਿੱਲੀ ਛੱਡਣਾ ਚਾਹੀਦਾ ਤੇ ਜਿਹੜਾ ਕੰਮ ਕਰਨ ਜਾਣਾ ਉਹ ਕਹਿੰਦੇ ਪੂਰਾ ਕਰਨਾ ਹੈ, ਤਾਂ ਕਿ ਸਮਾਜ ਵਿੱਚ ਇਹ ਨਾ ਹੋਵੇ ਵੀ ਇਹਨੇ ਕੰਮ ਸ਼ੁਰੂ ਕੀਤਾ ਸੀ ਇਹਦਾ ਹੋਇਆ ਨਹੀਂ। ਮੇਰੀ ਫਿਲਮ ਵੀ ਬਲਵੀਰ ਭਾਬੀ ਉਹਦੇ ਕਰਕੇ ਬਣ ਗਈ, ਦੁਕਾਨ ਵੀ ਮੇਰੀ ਉਹਨਾਂ ਨੇ ਮਗਰੋਂ ਸਹਿਯੋਗ ਦੇਣਾ ਮੈਨੂੰ ਉੱਧਰ ਭੇਜਤਾ ਵੀ ਤੂੰ ਆਪਣੀ ਫਿਲਮ ਪੂਰੀ ਕਰ। ਇਸ ਕਰਕੇ ਮੇਰਾ ਭਾਜੀ ਉਹਨਾਂ ਨੇ ਬਹੁਤ, ਬਾਕੀ ਮਿੱਤਰ ਦੋਸਤ ਜਿਹਦੀ ਵਧੀਆ ਸੁਸਾਇਟੀ ਬੰਦੇ ਦੀ ਹੁੰਦੀ ਹੈ ਉਹ ਆਪਣੇ ਵੱਲ ਨੂੰ ਖਿੱਚਦਾ ਹੁੰਦਾ, ਮੇਰੀ ਸੁਸਾਇਟੀ ਇੰਨੀ ਚੰਗੀ ਆ ਵਧੀਆ ਬੰਦਿਆਂ ਨਾਲ, ਉਹਨੇ ਮੈਨੂੰ ਆਪਣੇ ਵਰਗੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੱਦਾਂ ਤੁਹਾਡੇ ਵਰਗੇ ਹੋਰ ਵਰਿੰਦਰ ਹੋਣੀ ਜਿੰਨੇ ਭਾਜਤਾ, ਮਤਲਬ ਜਿੱਦਾਂ ਉੱਥੇ ਬਾਂਬੇ ਦੀਆਂ ਕਾਫੀ ਮਹਾਨ ਹਸਤੀਆਂ ਹੈਗੀਆਂ ਉਹਨਾਂ ਨੇ ਉਹਨਾਂ ਦੇ ਨਾਲ ਸਹਿਯੋਗ ਹੋ ਕੇ ਮੈਂ ਕਾਫੀ ਕੁਛ ਮਤਲਬ ਸਿੱਖਿਆ। ਕਿਹੜੇ ਕਿਹੜੇ ਦੇਸ਼ ਗਏ ਤੁਸੀਂ? ਮੈਂ ਭਾਜੀ ਦੇਸ਼ ਤਾਂ ਕਾਫੀ 5-6 ਦੇ ਮੁਲਕ ਫਿਰ ਕੇ ਆਇਆ, ਪਿੱਛੇ ਵੈਸੇ ਬਾਹਰਾਂ ਦੇਸ਼ਾਂ ਦਾ ਮੇਰਾ ਹੋਰ ਲੱਗਾ ਸੀ ਵੀਜ਼ਾ, ਇੱਧਰਲਾ ਜਰਮਨ ਵਗੈਰਾ ਉਹ ਜਿਹੜਾ ਲੱਗਦਾ ਹੁੰਦਾ ਚੈਂਗਨੀ ਵੀਜ਼ਾ ਉਹ ਵੀ ਸੀਗਾ, ਮੈਂ ਉੱਥੇ ਗਿਆ ਨਹੀਂ ਹੈਗਾ। ਉੱਦਾਂ ਮੈਂ 6-7 ਵਜੇ ਇੱਧਰ ਸਾਰੇ ਫਿਰ ਆਇਆ, ਪਹਿਲੇ ਫੈਮਿਲੀ ਸਾਰੇ ਗਏ ਅਸੀਂ ਕਿਸੇ ਕਲਾਕਾਰ ਨਾਲ ਜਾਂ ਕਿਸੇ ਪ੍ਰੋਗਰਾਮ ਉੱਥੇ ਜਾ ਕੇ ਕੀਤਾ, ਇਹ ਬਿਲਕੁਲ ਨਹੀਂ ਕੀਤਾ, ਕੋਈ ਪ੍ਰੋਗਰਾਮ ਨਹੀਂ ਕੀਤਾ ਕਿਸੇ ਕਲਾਕਾਰ ਨਾਲ, ਨਹੀਂ ਗਿਆ ਅੱਜ ਤੱਕ ਮੈਂ, ਆਪ ਇਕੱਲਿਆਂ ਨੇ ਜਾਣਾ ਸੀ ਤਾਂ ਇਕੱਲਿਆਂ ਨੇ ਵਾਪਸ ਆਏ ਸੈਰ ਸੈਰ ਕੇ ਸੈਰ ਕਰਕੇ ਫਿਰ, ਤੇ ਸਾਡੀਆਂ ਫੈਮਿਲੀਆਂ ਕਾਫੀ ਰਿਸ਼ਤੇਦਾਰ ਉੱਥੇ ਰਹਿ ਗਏ। ਤੁਸੀਂ ਫੋਰਨ ਗਏ ਹੈਗੇ, ਜਿੱਦਾਂ ਇੱਥੇ ਦਾ ਪੰਜਾਬੀ ਕਲਚਰ ਹੈਗਾ, ਸੱਭਿਆਚਾਰ ਹੈਗਾ, ਉੱਥੇ ਦਾ ਕੀ ਆਪਣੇ ਪੰਜਾਬੀਆਂ ਨੇ ਉਸ ਕਲਚਰ ਨੂੰ ਮੇਨਟੇਨ ਰੱਖਿਆ ਹੈਗਾ, ਬਰਕਰਾਰ ਰੱਖਿਆ ਹੈਗਾ? ਉਹ ਭਾਜੀ ਇੱਦਾਂ ਸੀਗਾ ਵੀ ਮੇਰਾ ਇੱਕ ਗੀਤ ਆ ਕਿ ਉਹਦੇ ਬਾਰੇ ਮੈਂ ਲਿਖਿਆ ਹੈਗਾ ਵੀ ਪੌਂਡਾਂ ਦੇ ਪਿਆਰ ਵਿੱਚ ਪੁੱਤ ਵੀ ਗਵਾ ਲਿਆ ਸੀ, ਪੌਂਡਾਂ ਦੇ ਪਿਆਰ ਵਿੱਚ ਪੁੱਤ ਵੀ ਗਵਾ ਲਿਆ। ਉੱਥੇ ਜਦੋਂ ਦੇਖਦੇ ਹਾਂ ਦਰਦਨਾਕ ਗੱਲਾਂ ਹੁੰਦੀਆਂ ਤਾਂ ਹੈਗੀਆਂ, ਪਰ ਉਹ ਫਸੇ ਹੋਏ ਆ ਬੰਦੇ, ਉਹਦਾ ਇਸ ਟਾਈਪ 'ਚ ਹੈਗਾ ਕਿ ਮੈਂ ਆਹ ਗੀਤ ਵੀ ਉੱਥੇ ਲਿਖਿਆ ਸੀ ਬਹਿ ਕੇ, ਵੇਖ ਲਈ ਬਲੈਤ ਯਾਰੋ ਵੇਖ ਲਈ ਬਲੈਤ, ਗੋਰਿਆਂ ਰੰਗਾਂ ਦੇ ਵਿੱਚ ਦਿਲ ਨਹੀਂ ਬਲੈਤ, ਬੰਨ ਸਬੰਨੇ ਖਾਣੇ ਖਾ ਕੇ ਫਿਰ ਵੀ ਦਿਲ ਨਹੀਂ ਭਰਦਾ, ਮੇਰੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਦਿਲ ਕਰਦਾ, ਮੇਰੇ ਮਾਂ ਦੇ ਹੱਥਾਂ ਦੀਆਂ। ਉਹ ਜਿਹੜੇ ਬੰਦੇ 2 ਨੰਬਰ 'ਚ ਗਏ ਹੋਏ ਆ, ਬਜ਼ੁਰਗ ਜਿਹੜੇ ਉੱਥੇ ਬੈਠੇ ਆ ਪਾਰਕਾਂ ਦੇ ਵਿੱਚ ਦੇਖਦੇ ਜਦੋਂ ਉਹਨਾਂ ਨੂੰ ਲੋਕਾਂ ਨੂੰ ਅਸੀਂ, ਉਹਨਾਂ ਦੇ ਬੱਚੇ ਜਿਹੜੇ ਉੱਧਰ ਹੀ ਸਭ ਤੋਂ ਨਾਲ ਮਿਲ ਗਏ ਆ, ਲੜਕੀ ਵੀ ਮਤਲਬ ਆਪਣੇ ਸਟਾਈਲ 'ਚ ਚੱਲ ਰਹੀ ਆ, ਲੜਕਾ ਆਪਣੇ ਸਟਾਈਲ ਚੱਲ ਰਿਹਾ, ਨਾ ਕੋਈ ਮੈਰਿਜ ਦਾ ਚੱਕਰ ਆ ਨਾ ਕੋਈ ਹੋਰ, ਆਪਣਾ ਆਪਣਾ ਉਹ ਦੁਖੀ ਆ ਉਹਨਾਂ ਦੇ ਮਨ, ਪਰ ਉਹ ਇੱਧਰ ਜਿਹੜੀਆਂ ਜ਼ਮੀਨਾਂ ਉਹਨਾਂ ਦੀਆਂ ਆ ਉਹ ਲੋਕਾਂ ਨੇ ਕਬਜ਼ੇ ਕਰ ਲਿਆ, ਕੁਛ ਵੇਚ ਗਏ ਆ, ਕੁਛ ਤਾਏ ਚਾਚੇ ਭਰਾ ਜਿਹੜੇ ਉਹ ਕਹਿੰਦੇ ਤੁਸੀਂ ਉੱਧਰ ਅਸੀਂ ਇੱਧਰ ਕਮਾਉਂਦੇ, ਜਦੋਂ ਆਉਂਦੇ ਆ ਤਾਂ ਉਹਨਾਂ ਮਗਰ ਜੋ ਨੱਠਦੇ ਆ ਤਾਂ ਉਹ ਵਿਚਾਰੇ ਨਾ ਉੱਧਰ ਜੋੜ ਜਾਣ ਜੋਗੇ ਆ ਨਾ ਇੱਧਰ ਰਹਿਣ ਜੋਗੇ ਆ, ਉਹਦੇ 'ਤੇ ਮੇਰਾ ਗੀਤ ਵੀ ਇੱਕ ਆ ਰਿਹਾ ਆ, ਇਸ ਕਰਕੇ ਉਹਦੇ ਬਾਰੇ ਮੈਂ ਕਾਫੀ ਕੁਛ ਉੱਥੇ ਬਹਿ ਕੇ ਲਿਖਿਆ। ਪਰ ਜਿਹੜੀ ਗੀਤਾਂ ਦੀ ਗੱਲ ਕਰਦੇ ਆ, ਗੀਤ ਤਾਂ ਭਾਜੀ ਉਦਾਂ ਦੇ ਲਿਖਣੇ ਪੈਣੇ ਉਹਨਾਂ ਨੂੰ ਰਿਕਾਰਡਿੰਗ ਕਰਾਉਣ ਲਈ ਜਿਹਦੇ ਨਾਲ ਗੋਰੇ ਨੱਚਣ, ਜਿਹੜੇ ਬੱਚੇ ਗਾਹਾਂ ਆ ਆਪਾਂ ਚਲੇ ਗਏ ਆਪਾਂ ਬਿਲਕੁਲ ਜ਼ਿੰਦਗੀ ਕੱਟ ਲੈਣੀ, ਜਿਹਦੇ ਆਪਣੇ ਬੱਚੇ ਅੱਗੇ ਉਹਨੇ ਗੋਰਿਆਂ ਨਾਲ ਪੜ੍ਹਨਾ, ਗੋਰਿਆਂ ਦੇ ਸਟਾਈਲ ਉਹਨਾਂ ਦੇ, ਇਸ ਕਰਕੇ ਆਪਾਂ ਉਹਨਾਂ ਨੂੰ ਰੋਕ ਨਹੀਂ ਸਕਦੇ ਉਸ ਗੱਲ ਨੂੰ, ਉਹ ਉਹਨਾਂ ਦੇ ਸਟਾਈਲ ਦੇ ਉੱਤੇ ਚੱਲਦੇ ਆ। ਅੱਛਾ, ਇੱਕ ਸ਼ਾਇਰ ਦਾ ਸੁਣਿਆ ਹੈ ਕਿ ਕਈਆਂ ਨੂੰ ਇਸ਼ਕ ਦੀ ਸੱਟ ਵੱਜੀ ਹੁੰਦੀ ਹੈਗੀ ਆ, ਕਿ ਸ਼ਾਇਰੀ ਦੇ ਵਿੱਚ ਆਪਣੇ ਦੀਵਾਨੇ ਹੁੰਦੇ ਹੈਗੇ ਆ, ਕਿ ਤੁਹਾਡੇ ਨਾਲ ਵੀ ਕੀ ਇਹੋ ਕੁਝ ਵਾਪਰਿਆ ਹੈਗਾ ਕਿ ਮਤਲਬ ਤੁਸੀਂ ਗੀਤਕਾਰ ਬਣੇ, ਇੱਕ ਸ਼ਾਇਰ ਬਣੇ? ਇਹ ਭਾਜੀ ਲਾਈਨਾਂ ਜਿਹੜੀਆਂ ਨਾ ਸਾਡੇ ਸ਼ਾਇਰਾਂ ਦੀਆਂ ਕਮਜ਼ੋਰੀਆਂ ਦੀਆਂ ਗੱਲਾਂ ਆ ਜੀ ਬਹੁਤੀਆਂ ਤਾਂ,
ਕੋਈ ਕਹਿੰਦਾ ਜੀ ਮੈਂ ਸ਼ਰਾਬ ਪੀਤੇ ਤੇ ਬਗੈਰ ਲਿਖ ਨਹੀਂ ਸਕਦਾ, ਮੈਂ ਕਹਿੰਦਾ ਮੈਂ ਸ਼ਰਾਬ ਦੀ ਪੇਟੀ ਲਿਆ ਕੇ ਰੱਖ ਦਿੰਦਾ, ਮੇਰੇ ਸਾਹਮਣੇ ਜਿਹੜਾ ਗੀਤਕਾਰ ਨਹੀਂ ਉਹ ਗੀਤ ਲਿਖ ਕੇ ਦਿਖਾ ਦੇ। ਸਮਝ ਕੇ ਨਹੀਂ ਗੱਲ, ਜਿਹੜੀਆਂ ਟੁੱਟਣ ਲੱਗਣ ਦੀਆਂ ਗੱਲਾਂ ਹੁੰਦੀਆਂ ਇਹ ਜ਼ਿੰਦਗੀ ਦੇ ਵਿੱਚ ਸਧਾਰਨ ਜਿਹੀ ਗੱਲ ਆ, ਇਹ ਬਹੁਤ ਸਾਰੀਆਂ ਜ਼ਿੰਦਗੀ 'ਚ ਹਾਦਸੇ ਹੁੰਦੇ ਰਹਿੰਦੇ ਆ ਜ਼ਿੰਦਗੀ ਜੀਵਨ ਨੂੰ, ਉਹ ਕੋਈ ਬੰਦਾ ਕਿਸੇ ਸਟਾਈਲ ਦੇ ਨਾਲ ਕਿਸੇ ਬੰਦੇ ਨੂੰ ਮਿਲਣਾ ਚਾਹੁੰਦਾ ਉਹ ਟੁੱਟਣ ਲੱਗਣ ਨਹੀਂ ਹੁੰਦਾ ਹੈਗਾ, ਇਹ ਹਰ ਬੰਦੇ ਦਾ ਮਤਲਬ ਪ੍ਰਸਤੀਆਂ ਦੀ ਸੋਤੇ ਹੈਗੇ ਆ, ਇਹਦੇ ਵਿੱਚ ਬੰਦੇ ਨਾਲ ਵਾਪਰਦੀਆਂ ਰਹਿੰਦੀਆਂ ਇਹਨਾਂ ਗੱਲਾਂ ਨੂੰ, ਆਪਾਂ ਇਹਨਾਂ ਗੱਲਾਂ ਤੋਂ ਕੀ ਲੈਣਾ, ਬੜਾ ਫਿਲਮੀ ਲਾਈਨ 'ਚ ਤਾਂ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਕਿ ਇਹ ਲਾਈਨ ਜਿਹੜੀ ਆ ਇਸ ਲਾਈਨ ਵਿੱਚ ਕਿਸ ਤਰ੍ਹਾਂ ਦੀਆਂ ਬੰਦੇ ਨੂੰ ਰਹਿਣਾ ਪੈਂਦਾ, ਇਹ ਤਪੱਸਿਆ ਆ, ਇਹ ਭਗਤੀ ਆ, ਜਿਹੜਾ ਬੰਦਾ ਇਸ ਲਾਈਨ 'ਚ ਰਹਿ ਕੇ ਤਪੱਸਿਆ ਜਾਂ ਭਗਤੀ ਜਾਂ ਆਪਣੇ ਖਿਆਲਾਂ ਨੂੰ ਸ਼ੁੱਧ ਨਹੀਂ ਰੱਖ ਸਕਦਾ ਉਹ ਅੱਜ ਵੀ ਮਰਿਆ ਕੱਲ੍ਹ ਵੀ ਮਰਿਆ, ਸੰਪੂਰਨ ਗੀਤਕਾਰ ਨਹੀਂ ਬਣ ਸਕਦਾ ਇਹਨਾਂ ਦੇ ਮਤਲਬ ਮਗਰ ਲੱਗ ਕੇ। ਠੀਕ ਹੈ, ਅੱਛਾ ਗੀਤਕਾਰਾਂ ਦੀ ਮਾਲੀ ਹਾਲਤ ਬਾਰੇ ਤੁਸੀਂ ਕੀ ਕਹੋਗੇ? ਅੱਛਾ ਅੱਛਾ, ਗੀਤਕਾਰਾਂ ਦੀ ਮਾਲੀ ਹਾਲਤ ਬਾਰੇ ਭਾਅ ਜੀ ਇੱਦਾਂ ਆ ਵੀ ਇਹ ਕੰਮ ਨਹੀਂ ਕੋਈ ਵੀ ਕਰ ਸਕਦੇ, ਇਹਨਾਂ ਨੂੰ ਸ਼ਬਦ ਜਿਹੜੇ ਜਨਮ ਦਿੰਦੇ ਆ ਨਾ ਉਹ ਸੌਣ ਨਹੀਂ ਦਿੰਦੇ ਹੈਗੇ, ਬਹੁਤੇ ਭਰਾ ਸਾਡੇ ਤਾਂ ਇਸੇ ਕਰਕੇ ਕਹਿੰਦੇ ਸਾਨੂੰ ਪੀਣੀ ਪੈਂਦੀ ਆ, ਉਹ ਇਸ ਕਰਕੇ ਪੀਣੀ ਪੈਂਦੀ, ਉਹ ਕਹਿੰਦੇ 4 ਘੰਟੇ ਸੌ ਤਾਂ ਲਈ, ਸਮਝ ਕੇ ਨਹੀਂ। ਦੂਸਰੀ ਗੱਲ ਇਹ ਰਹਿ ਗਈ ਕਿ ਜਿਸ ਵੇਲੇ ਬੰਦਾ ਕੰਮ ਕੋਈ ਨਹੀਂ ਕਰ ਸਕਦਾ, ਪੈਨਸਲ ਲੈ ਕੇ ਕਾਗਜ਼ ਲੈ ਕੇ ਫਿਰੀ ਜਾਣਾ, ਸਿਰੇ ਸਿੱਖਿਆ ਲਿਖੀ ਜਾਣੀ, ਅੱਗੇ ਤਾਂ ਹੁੰਦਾ ਸੀ ਤਾਂ ਉੱਥੇ 4 ਪੈਸੇ ਵੜ ਜਾਣੇ, ਬੋਲੇ ਆਉਣੇ ਉਹ 'ਚ 4 ਪੈਸੇ, ਹੁਣ ਤਾਂ ਉਹ ਕੰਮ ਵੀ ਹੈ ਨਹੀਂ ਗਾ। ਜਿਹੜੇ ਗੀਤਕਾਰੀ ਦੀ ਲਾਈਨ 'ਚ ਆ ਜਿਹੜੇ ਕਲਾਕਾਰ ਆ ਨਾ ਇਹ ਜਿਹੜੇ ਗੀਤ ਆ ਇਹ ਜਦੋਂ ਕੋਈ ਵੀ ਕਿਸੇ ਤੋਂ ਲੈਂਦੇ ਆ ਜਾਂ ਕਰਦੇ ਆ ਨਾ ਇਹ ਕੋਈ ਬਹੁਤਾ ਧਿਆਨ ਨਹੀਂ ਰੱਖਦੇ, ਇਹਦੇ ਵਿੱਚ ਬਜਟ ਵਿੱਚ ਆਪਣੇ ਬਜਟ ਵਿੱਚ ਨਾ ਗੀਤਕਾਰ ਦਾ ਬਹੁਤਾ ਨਾਂ ਨਹੀਂ ਰੱਖ ਲਿਖਦੇ ਹੈਗੇ, ਸਮਝਦੇ ਕਿ ਨਹੀਂ ਗੱਲ। ਜੇ ਕਿਸੇ ਨੂੰ ਦੇਣ ਵੀ ਲਿਫਾਫੇ 'ਚ ਫੋਕੇ ਤਾਂ ਦੁਖੀ ਦਿਲੋਂ ਦਿੰਦੇ ਆ, ਖੁਸ਼ ਹੋ ਕੇ ਨਹੀਂ ਦਿੰਦੇ, ਥੋੜ੍ਹੇ ਜਿਹੇ ਕਲਾਕਾਰ ਵਧੀਆ ਹੈਗੇ ਆ ਜਿਹੜੇ ਮਾਣ ਸਨਮਾਨ ਕਰਦੇ ਆ, ਔਰ ਉਹਨਾਂ ਦਾ ਆਪਣਾ ਵੀ ਮਾਣ ਆ, ਜਿਸ ਬੰਦੇ ਦਾ ਆਪਣਾ ਮਾਣ ਉਹ ਤਦੇ ਦੂਜੇ ਦਾ ਸਨਮਾਨ ਕਰ ਸਕਦਾ ਹੈ, ਸਮਝਦੇ ਕਿ ਨਹੀਂ। ਇਸੇ ਕਰਕੇ ਉਹ ਅੱਗੇ ਵੀ ਤਦੇ ਗਏ ਹੈਗੇ ਆ ਲੋਕ ਜਿਹੜੇ ਹੈਗੇ ਆ। ਦੂਸਰੀ ਗੱਲ ਇਹ ਰਹਿ ਗਈ ਵੀ ਮੈਂ ਤਾਂ ਕਈ ਵਾਰੀ ਹੱਸਦਾ ਕਹਿੰਦਾ ਹੁੰਦਾ, ਉਹ ਮੈਨੂੰ ਕਹਿੰਦੇ ਹੁੰਦੇ ਕਈ ਵਾਰੀ ਵੀ ਤੂੰ ਬਿਜ਼ਨਸ ਕਿਹੜਾ, ਤੇਰਾ ਹੋਰ ਕੋਈ ਕੰਮ ਹੈਗਾ, ਮੈਂ ਕਿਹਾ ਮੇਰਾ ਤਾਂ ਆਹੀ ਕੰਮ, ਉਹ ਕਹਿੰਦੇ ਫਿਰ ਰੋਟੀ ਦਾ, ਮੈਂ ਕਿਹਾ ਰੋਟੀ ਦਾ ਤੁਸੀਂ ਮੇਰੇ ਤੋਂ ਸਵੇਰ ਤੋਂ ਸ਼ਾਮ ਤੇ ਬਹਿ ਜਾਓ, ਕਲਾਕਾਰਾਂ ਦਾ ਅੰਤ ਕੋਈ ਨਹੀਂ, ਕੁੜੀਆਂ ਮੁੰਡਿਆਂ ਦਾ ਕਿੰਨੇ ਕਹਾਉਂਦੇ ਮੇਰੇ ਦਫ਼ਤਰ 'ਚ, ਪਰ 1 ਮਿੰਟ ਦਾ ਬਿੱਲ ਨਹੀਂ ਤਾਂ 1 ਟਕੇ ਦੀ ਸੇਲ ਨਹੀਂ, ਮੈਂ ਕਿਹਾ ਇਹ ਗੱਲ ਕਹੂੰਗਾ ਵੀ ਮੇਰੀ ਤਾਂ ਇਹ ਹਾਲਤ ਆ, ਬਾਕੀ ਮਹਾਰਾਜ ਦੀ ਕਿਰਪਾ, ਥੋੜ੍ਹਾ ਬਹੁਤ ਖੇਤੀ ਦਾ ਕੰਮ ਆ, ਥੋੜ੍ਹਾ ਬਹੁਤ ਰੋਟੀ ਪਾਣੀ ਏਦਾਂ ਕਰਾਏ ਭਾੜੇ ਆਉਂਦੇ, ਉਹਨਾਂ ਰੋਟੀ ਪਾਣੀ ਦਾ ਮੇਰਾ ਸਰੀ ਸਰੀ ਜਾਂਦਾ। ਅੱਛਾ, ਗੀਤਕਾਰਾਂ ਦੀ ਆਪਣੀ ਕੋਈ ਸਭਾ ਸੁਸਾਇਟੀ ਵੀ ਹੈ, ਕੋਈ ਉਹਨਾਂ ਨੂੰ ਸਮੱਸਿਆ ਖੜੀ ਹੋਵੇ ਤੇ ਅੱਗੇ ਖੜੀ ਹੁੰਦੇ ਆ ਆਪਣੇ ਪੰਜਾਬ ਦੇ ਵਿੱਚ? ਪੰਜਾਬ 'ਚ ਭਾਅ ਜੀ ਕੋਈ ਇੱਦਾਂ ਦੀ ਗੱਲ ਨਹੀਂ ਹੈ, ਗਰੁੱਪ ਵਾਜੀਆਂ 2-3 ਬਣੀਆਂ, ਮੈਂ ਕਿਸੇ ਦਾ ਮੈਂਬਰ ਨਹੀਂ ਹੈਗਾ, ਕਿਉਂਕਿ ਮੈਂ ਗਰੁੱਪ ਵਾਜੀ ਤੋਂ ਬਹੁਤ ਦੂਰ ਹਾਂ, ਕਿਉਂਕਿ ਮੇਰਾ ਆਪਣਾ ਸਟਾਈਲ ਆ ਲਿਖਣ ਦਾ, ਮੈਂ ਤਾਂ ਸਭ ਤੋਂ ਪਹਿਲਾਂ ਲਿਖਣ ਨੂੰ ਪਹਿਲ ਦਿੰਦਾ ਹਾਂ, ਜਦੋਂ ਸਾਡੇ ਕੋਲ ਮੈਟਰ ਹੋਊਗਾ, ਸਾਡੇ ਜਿਹੜੇ ਭਰਾ ਆ ਜਿਹੜੀ ਸਾਡੀ ਤਾਦਾਦ ਆ, ਜਿਹਨੂੰ ਅਸੀਂ ਸ਼ਾਇਰ ਅਸਲੀ ਕਹਿੰਦੇ ਹਾਂ, ਗੀਤਕਾਰ ਅਸਲੀ ਹੋਏ ਆ, ਜਿੰਨੇ ਪਹਿਲਾਂ ਹੋਏ ਉਹਨਾਂ ਦੀਆਂ ਜਿੰਨੀਆਂ ਦੀਆਂ ਰਿਕਾਰਡਿੰਗਾਂ ਨਹੀਂ ਹੋਈਆਂ, ਸਮਝਦੇ ਕਿ ਨਾ, ਸਾਡੀਆਂ ਤਾਂ ਹਜ਼ਾਰਾਂ ਦੀ ਤਾਂ ਜਿੰਨੀਆਂ ਦੀਆਂ ਰਿਕਾਰਡਿੰਗ ਹੋਈਆਂ, ਬੜੇ ਭਾਗਾਂ ਵਾਲੇ ਆ, ਸਾਡਾ ਇਤਿਹਾਸ ਇਹ ਆ ਗੀਤਕਾਰੀ ਦਾ, ਤੇ ਹੁਣੇ ਅਸੀਂ ਅੰਦੋਲਨ ਕਰਕੇ ਕੀ ਕਰਨਾ, ਸਾਨੂੰ ਲਿਖਣਾ ਵਧੀਆ ਚਾਹੀਦਾ, ਹੁਣ ਨਹੀਂ ਸਾਡੀ ਮਗਰੋਂ ਰਿਕਾਰਡਿੰਗਾਂ ਹੋਣਗੀਆਂ, ਅੰਦੋਲਨ ਕਿਹਨਾਂ ਨਾਲ ਕਰਨਾ ਅਸੀਂ, ਗੌਰਮੈਂਟ ਸਾਨੂੰ ਕੋਈ ਦੇਣ ਨੂੰ ਤਿਆਰ ਨਹੀਂ ਹੈਗੀ, ਸਮਝੀ ਕਿ ਨਹੀਂ, ਗੌਰਮੈਂਟ ਦੇ ਅਸੀਂ ਝੰਡੇ ਲੈ ਕੇ ਕਾਲੇ ਪਹਿਲਾਂ ਕਰੀਏ ਸਵਾ, ਇੱਦਾਂ ਇਹਨਾਂ ਦੇ ਸਵਾਗਤ ਕਰੀਏ ਤਦ ਹੀ ਆ, ਪਰ ਸਾਡੀ ਇਹ ਲਾਈਨ ਨਹੀਂ ਆ, ਅਸੀਂ ਦੇਸ਼ ਨੂੰ ਚੜ੍ਹਦੀ ਕਲਾ 'ਚ ਰੱਖਣਾ ਚਾਹੁੰਦੇ ਹਾਂ, ਕੌਮਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਚਾਹੁੰਦੇ ਹਾਂ, ਮਜ਼ਹਬ ਪ੍ਰਸਤੀ ਦੇ ਨਾਲ ਅਸੀਂ ਖਿਲਾਫ਼ ਹਾਂ, ਖਾਸ ਕਰਕੇ ਵੀ ਅਸੀਂ ਕੱਟੜ ਕਿਸੇ ਮਜ਼ਹਬ ਦੇ ਨਾਲ ਸੰਬੰਧ ਨਹੀਂ ਹੈਗਾ ਸਾਡਾ, ਅਸੀਂ ਸਾਰਾ ਕੁਛ ਲਿਖਣਾ ਹੁੰਦਾ, ਸਾਰੀਆਂ ਚੀਜ਼ਾਂ ਵਾਸਤੇ ਦੇਸ਼ ਲਈ ਹਰ ਚੀਜ਼ ਲਈ ਲਿਖਣੀ ਹੈ, ਸਮੱਸਿਆ ਲਈ, ਇਸ ਕਰਕੇ ਅਸੀਂ ਅੰਦੋਲਨ ਕਰਨਾ ਸਾਡੇ ਕਾਮਯਾਬ ਨਹੀਂ ਹੈ, ਐਵੇਂ ਲੋਕਾਂ ਨੇ ਮਤਲਬ ਪ੍ਰਸਤੀਆਂ ਥੋੜ੍ਹੇ ਬਹੁਤ ਬਣਾ ਲੈਂਦੇ ਆ, ਪਰ ਉਹ ਵੀ ਧੜੇਬੰਦੀਆਂ 'ਚ ਬਣ ਜਾਂਦੇ, ਮੈਂ ਕਿਸੇ ਦੇ ਨਾਲ ਨਹੀਂ। ਗੀਤਾਂ 'ਚ ਵਧੀ ਹੋਈ ਅਸ਼ਲੀਲਤਾ ਬਾਰੇ ਤੁਸੀਂ ਕੀ ਕਹੋਗੇ? ਅਸ਼ਲੀਲਤਾ ਦੀ ਜਿਹੜੀ ਗੱਲ ਆ ਭਾਅ ਜੀ, ਉਹ ਇਸ ਢੰਗ ਦੇ ਨਾਲ ਆ ਵੀ ਜਿਹੜੀ ਆਪਾਂ ਅਸ਼ਲੀਲਤਾ ਕਹਿ ਦਿੰਦੇ ਹਾਂ ਨਾ, ਇਹ ਜਦੋਂ ਆਪਣੇ ਬੱਚੇ ਜਿਹੜੇ ਆ
ਆਪਾਂ ਹੁਣ ਤਾਂ ਇਹ ਕਹਿੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਟੀ ਵੀ ਮੋਹਰੇ ਜਦੋਂ ਬੈਠੇ ਆ ਨਾ, ਬਈ ਇਹ ਬੰਦੇ ਬੱਚੇ ਜਦੋਂ ਦੇਖਦੇ ਆ ਅਸ਼ਲੀਲਤਾ, ਸਾਡੀਆਂ ਅੱਖਾਂ ਨੀਵੀਆਂ ਆਉਂਦੀਆਂ, ਸਾਡਾ ਸਿਰ ਨੀਵਾਂ ਹੁੰਦਾ, ਪਰ ਅਸੀਂ ਉਹ ਜਿੱਥੋਂ ਅਸ਼ਲੀਲਤਾ ਆਈ ਉੱਥੇ 12-12 ਲੱਖ ਨੂੰ ਕਹਿੰਦੇ ਬਲੈਕ ਭੇਜ ਰਹੇ ਹਾਂ ਕੁੜੀਆਂ ਮੁੰਡਿਆਂ ਨੂੰ, 8-8 ਲੱਖ 10-10 ਲੱਖ ਰੁਪਈਆ ਖਰਚ ਕੇ ਉਸ ਅਸ਼ਲੀਲਤਾ ਦੇ ਵਿੱਚ ਕੁੜੀਆਂ ਮੁੰਡੇ ਅਸੀਂ ਕਿਉਂ ਭੇਜ ਰਹੇ ਹਾਂ ਆਪਣੀ, ਸਮਝੀ ਕਿ ਨਹੀਂ ਗੱਲ? ਇਹ ਵੀ ਇੱਕ ਬਹੁਤ ਵੱਡਾ ਡਰਾਮਾ ਆ। ਮੈਂ ਸਮਝਦਾ ਹਾਂ ਆਪਣੇ ਸੱਭਿਆਚਾਰਕ ਦੇ ਦਾਇਰੇ 'ਚ ਰਹਿ ਕੇ ਲਿਖਣਾ ਚਾਹੀਦਾ। ਹਿੰਦੀ ਫਿਲਮਾਂ ਵਿੱਚ ਪੰਜਾਬੀ ਗੀਤਾਂ ਨਾਲੋਂ ਪੰਜਾਬੀ ਅਸ਼ਲੀਲਤਾ ਨਾਲੋਂ ਜ਼ਿਆਦਾ ਆ ਮੇਰੇ ਹਿਸਾਬ ਨਾਲ। ਉਹ ਅਸੀਂ ਬੜਾ ਸੋਹਣਾ ਦੇਖਦੇ ਹਾਂ ਬੈਠ ਕੇ, ਜਦੋਂ ਕਿਸੇ ਗੀਤਕਾਰ ਦੀ ਕੋਈ ਲਾਈਨ ਜਾਂ ਕਲਾਕਾਰ ਦਾ ਕੋਈ ਮਾੜੀ ਜਿਹੀ ਵੀ ਗੱਲਬਾਤ ਹੁੰਦੀ ਥੋੜ੍ਹੀ, ਉਹਦਾ ਰੌਲਾ ਪਾ ਲੈਂਦੇ, ਸਸਤਾ ਆ ਸਾਡੇ ਪਰਿਵਾਰ ਦੇ ਮੈਂਬਰ ਕਰਕੇ ਅਸੀਂ ਉਹਨਾਂ ਦਾ ਰੌਲਾ ਪਾ ਦਿੰਦੇ ਹਾਂ। ਪਰ ਮੈਂ ਇੱਕ ਗੱਲ ਕਰਦਾ ਵੀ ਫਿਰ ਵੀ ਆਪ ਸਾਨੂੰ ਸੱਭਿਆਚਾਰ ਦੇ ਵਿੱਚ ਬਹਿ ਕੇ ਸਾਡੇ ਪਰਿਵਾਰਾਂ ਵਾਸਤੇ ਲਿਖਣਾ ਚਾਹੀਦਾ। ਪਰ ਸਾਡੇ ਪਰਿਵਾਰ ਤਾਂ ਆਪ ਹੀ ਅੱਧੇ ਬਾਹਰ ਰਹਿੰਦੇ ਪੰਜਾਬ ਦੇ, ਉਹ ਜਦੋਂ ਆਉਂਦੇ ਉਹਨਾਂ ਦੀਆਂ ਡਰੈਸਾਂ ਦੇਖ ਲਓ, ਉਹਨਾਂ ਦੇ ਚਾਲ ਚੱਲਣ, ਉਹਨਾਂ ਦੇ ਸਟਾਈਲ, ਜਿਹੜੇ ਉਹਨਾਂ ਦੇ ਰਹਿਣ ਬਹਿਣ ਦਾ ਸਟਾਈਲ ਆ, ਖਾਣ ਪੀਣ ਦਾ ਸਟਾਈਲ, ਉਹ ਦੇਖ ਲਓ। ਹੁਣ ਉਹਨਾਂ ਵਾਸਤੇ ਹਰ ਬੰਦਾ ਟੱਕਰਾਂ ਮਾਰਦਾ ਫਿਰਦਾ, ਮੈਂ ਗੀਤ ਇੱਕ ਉੱਦਾਂ ਦਾ ਲਿਖਾਂ ਪੈਲਸ ਵਿੱਚ ਹੋਵੇ ਜਿਹੜੇ ਮੋਹਰੇ ਮੈਨੂੰ 100-100 ਦੇ ਨੋਟ ਮੇਰੇ ਉੱਤੇ ਸਿੱਟਣ, 100-100 ਦੇ ਨੋਟ ਤਦੇ ਸਿੱਟਣਗੇ ਜੋ ਉਹਨਾਂ ਵਾਲਾ ਗੀਤ ਹੋਊਗਾ ਕੋਈ ਜਿਹੜੇ ਬਾਹਰੋਂ ਆਏ ਆ। ਇਸ ਕਰਕੇ ਇਹ ਮਜਬੂਰੀਆਂ ਆ ਬਹੁਤੀਆਂ ਬੰਦਿਆਂ ਦੀਆਂ, ਲਿਖਣ ਗਾਉਣ ਵਾਲਿਆਂ ਦੀਆਂ, ਮੈਂ ਇਹਦੇ 'ਚ ਬਹੁਤੀ ਬਹਿਸ ਨਹੀਂ ਕਰਦਾ। ਕੀ ਤੁਸੀਂ ਵੀ ਅਜਿਹੇ ਗੀਤ ਲਿਖੇ ਪਹਿਲਾਂ? ਮੈਂ ਤਾਂ ਤੁਹਾਨੂੰ ਆਪ ਖੁਦ ਪਹਿਲਾਂ ਕਹਿ ਹਟੀਆਂ ਇਹ ਗੱਲ ਕਿ ਉਸ ਜਗ੍ਹਾ 'ਤੇ ਜਾਣ ਲਈ ਟਾਰਗੇਟ ਲਈ ਬੰਦੇ ਨੂੰ ਜਿਹੜੀ ਵੀ ਚੀਜ਼ ਦੀ ਡਿਮਾਂਡ, ਪਹਿਲੀਆਂ ਜਿਹੜੀਆਂ ਲਾਈਨਾਂ ਹੁੰਦੀਆਂ, ਪਹਿਲੀ ਜ਼ਿੰਦਗੀ ਹੁੰਦੀ ਆ, ਇਹ ਕਲਾਕਾਰਾਂ ਦੀ ਆਪਣੀ ਜਾਂ ਗੀਤਕਾਰਾਂ ਦੀ ਆਪਣੀ ਨਹੀਂ ਹੁੰਦੀ ਆ, ਇਹ ਉੱਥੇ ਪਹੁੰਚਣ ਵਾਲੇ ਦੇ ਅੰਦਰ, ਜਾਂ ਟੀਚਰ ਕੁਛ ਕਰਾਉਂਦਾ ਆ ਜਦੋਂ ਕੰਪਨੀ 'ਚ ਜਾਣਾ ਹੁੰਦਾ ਬੰਦੇ ਨੇ, ਉਹ ਕਹਿੰਦਾ ਜੀ ਇਹ ਦੇਖੋ ਐਸਾ ਹੈ, ਇਹ ਇਸਕਾ ਨੰਬਰ ਹੈ, ਇਤਨਾ ਚੱਲਿਆ, ਆਪ ਇਸਕਾ ਐਸਾ ਗੀਤ ਲਿਖ ਸਕਦੇ ਹੈ ਤੋ ਆਪ ਵੀ ਆ ਦੀਜੀਏ, ਅੱਛਾ ਕੋਈ ਬਾਤ ਨਹੀਂ ਜੀ ਮੈਂ ਲਿਖ ਕੇ ਲਿਆਉਂਗਾ। ਉਹ ਗੀਤਾਂ ਦੀਆਂ ਮਜਬੂਰੀਆਂ, ਪਰ ਜਦੋਂ ਚਲਾ ਜਾਂਦਾ ਜਿੱਦਾਂ ਬੰਦਾ ਟੋਏ 'ਚ ਡਿੱਗ ਨਹੀਂ, ਕੋਈ ਹੋਰ ਗੱਲ ਆ, ਉਹ 'ਚ ਪੈ ਰਹਿਣਾ ਹੋਰ ਆ, ਟੋਏ ਤੋਂ ਡਿੱਗ ਕੇ ਬਾਹਰ ਆ ਜਾਣਾ ਚਾਹੀਦਾ, ਸਮਝਦੇ ਕਿ ਨਹੀਂ? ਉਹਦੀ ਗਲਤੀ ਨਹੀਂ ਹੁੰਦੀ ਹੈ, ਟੋਏ 'ਚੋਂ ਬਾਹਰ ਆ ਗਿਆ, ਜਿਹੜਾ ਟੋਏ 'ਚ ਜਾ ਕੇ ਸੌਂ ਗਿਆ ਉੱਥੇ ਹੀ ਰਹਿ ਗਿਆ, ਉਸਨੂੰ ਕਿਹਾ ਜਾ ਸਕਦਾ ਹੈਗਾ ਵੀ ਉਹ ਆਦਤ ਨਹੀਂ ਹੋਣੀ ਛੱਡੀ। ਇਸ ਕਰਕੇ ਹਰ ਸ਼ਾਇਰ ਨੂੰ, ਹਰ ਗੀਤਕਾਰ ਨੂੰ ਪਹਿਲੀ ਸਟੇਜ 'ਚ ਬਹੁਤ ਕੁਛ ਕਰਨਾ ਪੈਂਦਾ। ਪਹਿਲਾਂ ਤਵਿਆਂ ਦੇ ਟਾਈਮ 'ਤੇ ਰੇਡੀਓ ਦਾ ਟਾਈਮ ਬਹੁਤ ਵਧੀਆ ਸੀਗਾ, ਹੁਣ ਵੀ ਰੇਡੀਓ ਵਧੀਆ ਹੋਵੇਗਾ ਇੰਨਾ ਨਹੀਂ ਮੈਨੂੰ ਪਤਾ, ਰੇਡੀਓ ਸਟੇਸ਼ਨ ਬਾਰੇ ਤੁਸੀਂ ਕਹੋਗੇ? ਰੇਡੀਓ ਦੇ ਪਹਿਲੇ ਜਦੋਂ ਗਾਣੇ ਚੱਲਦੇ ਰੇਡੀਓ 'ਤੇ, ਭਾਅ ਜੀ ਪਾਸ ਹੋਣਾ ਇੰਨੀ ਖੁਸ਼ੀ ਹੁੰਦੀ ਸੀ ਜਿੱਦਾਂ ਵਿਆਹ ਜਿੰਨੀ ਹੁੰਦੀ ਹੈ, ਜਿੱਦਣ ਮੈਂ ਉੱਥੋਂ ਮਤਲਬ ਮੈਨੂੰ ਪਾਸ ਹੋਏ ਮੇਰੇ ਗੀਤ, ਮਿਸ਼ਰਾ ਸਾਹਿਬ, ਮਿਸ਼ਰਾ ਸਾਹਿਬ ਸੀ ਉਹਨਾਂ ਦਾ ਨਾਮ, ਮਿਸ਼ਾ ਸਾਹਿਬ ਹੁੰਦੀ ਸੀ, ਬੜਾ ਸਹਿਯੋਗ ਦਿੱਤਾ, ਅਸੀਂ ਸਾਰੇ ਇਕੱਠੇ ਹੋ ਕੇ ਗਏ ਉੱਥੇ ਜਾ ਕੇ, ਜਦੋਂ ਮੇਰੀ ਫਾਈਲ ਅੰਦਰ ਗਈ, ਫਾਈਲ ਗਈ ਮਹੀਨਾ ਭਰ ਪਹਿਲੇ, ਉਹਦੇ ਮਗਰੋਂ ਮੈਨੂੰ ਮਿਲਿਆ ਵੀ ਤੁਸੀਂ ਪਾਸ ਹੋ ਗਏ, ਹੁਣ ਟੀ ਵੀ 'ਤੇ ਤੁਹਾਡੇ ਗੀਤ ਚੱਲ ਸਕਦੇ ਹੋ, ਔਰ ਬੜੀ ਖੁਸ਼ੀ ਹੋਈ, ਬਹੁਤ ਹੀ ਮਨ ਨੂੰ ਕਿ ਮੈਂ, ਮੇਰਾ ਇੱਕ ਟਾਰਗੇਟ ਪਹਿਲਾਂ ਜਿਹੜਾ ਸੀ ਉਹ ਪੂਰਾ ਹੋ ਗਿਆ, ਔਰ ਮੇਰੇ ਰੇਡੀਓ ਦੇ ਉੱਤੇ ਸਵੇਰ ਤੋਂ ਸ਼ਾਮ ਤੱਕ ਗੀਤ ਹੁਣ ਵੀ ਆਉਂਦੇ ਆ, ਹੁਣ ਵੀ ਰੇਡੀਓ ਤੋਂ ਸੁਣੇ ਮੇਰੇ ਨਰਿੰਦਰ, ਕਿਹੜਾ ਆਇਆ ਸੀਗਾ ਗਾਣਾ ਰੇਡੀਓ 'ਤੇ? ਪਹਿਲਾਂ ਤੁਹਾਨੂੰ ਦੱਸਿਆ ਕਿਰਾਏ ਨਰਿੰਦਰ ਵੀ ਵਾਜੇ ਚੰਡੀਗੜ੍ਹ ਰਹਿਣ ਵਾਸੀ, ਔਰ ਸਾਰਾ ਦਿਨ ਭਾਅ ਜੀ ਪਤਾ ਨਹੀਂ 40 ਵਾਰੀ ਆ ਜਾਂਦਾ ਹੁੰਦਾ ਸੀ, 50 ਵਾਰੀ ਉਹਨਾਂ ਕੋਲ ਗੀਤ ਬੜੇ ਘੱਟ ਹੁੰਦੇ ਸੀ ਉਸ ਟਾਈਮ ਦੇ ਉੱਤੇ, ਤਾਂ ਉਹ ਬੜੀ ਵੱਡੀ ਖੁਸ਼ੀ ਸੀ। ਪਹਿਲਾਂ ਜਦੋਂ ਜਾਂਦੇ ਹੁੰਦੇ ਸੀ ਅਸੀਂ ਜਾਂ ਗੀਤਕਾਰ ਜਾਂ ਕਲਾਕਾਰ, ਇਹ ਟੀ ਵੀ ਦੇ ਉੱਤੇ ਜਾਂਦੇ ਹੁੰਦੇ ਸੀ ਰੇਡੀਓ ਪਾਸ ਕਰਦੇ, ਜਿਹਨੇ ਰੇਡੀਓ 'ਤੇ ਨਹੀਂ ਗੀਤ ਚੱਲਦੇ ਉਹ ਟੀ ਵੀ 'ਤੇ ਨਹੀਂ ਜਾਣਾ, ਇਹ ਕੁਛ ਕਲਾਕਾਰ ਜਿਹੜੇ ਉਹਨਾਂ ਨੇ ਫਨਵੈਸੀ ਲਏ, ਉਹਨਾਂ ਨੇ ਲੈ ਕੇ ਨਾ ਬਾਹਰੋਂ ਬਾਹਰ ਜਿੱਦਾਂ ਟਿਕਟ ਲੈਂਦੇ ਹੁੰਦੇ ਹੱਥ ਪਾ ਕੇ, ਉਹਨਾਂ ਨੇ ਟਿਕਟ ਲਿਆ ਤਾਂ ਮਗਰੋਂ ਇਹ ਚੱਲ ਪਈ ਚੋਣ ਵੀ ਜਿਹੜਾ ਮਰਜ਼ੀ ਆਓ ਤਾਂ ਖੁਸ਼ ਕਰ ਜਾਓ ਤਾਂ ਖੁਸ਼ ਹੋ ਕੇ ਜਾਓ, ਬਸ ਉਹ ਪ੍ਰੋਗਰਾਮ ਦੇ ਵਿੱਚ ਜਾ ਕੇ ਫਿਰ ਲੋਕ ਉੱਪਰ ਦੀ ਪੈ ਗਏ, ਜਿਹੜੇ ਵਿਚਾਰੇ ਵਧੀਆ ਕਲਾਕਾਰ ਵਧੀਆ ਗੀਤਕਾਰ ਸੀ ਉਹ ਪਿੱਛੇ ਰਹਿ ਗਏ। ਟੀਵੀ ਸੈਂਟਰ ਬਾਰੇ ਤੁਸੀਂ ਕਹੋਗੇ? ਟੀਵੀ ਸੈਂਟਰ ਸਾਡਾ ਭਾਅ ਜੀ ਪੰਜਾਬ ਦਾ ਬੜਾ ਵੱਡਾ ਅਦਾਰਾ ਆ, ਬਹੁਤ ਵਧੀਆ ਆ, ਪਰ ਮੈਂ ਤਾਂ ਇੱਕ ਗੱਲ ਕਹੂੰਗਾ, ਟੀਵੀ ਸੈਂਟਰ ਦੇ ਬੜੇ ਮੇਰੇ ਗੀਤ ਆਉਂਦੇ ਆ, ਬਹੁਤ ਕੁਛ ਆਉਂਦਾ ਟੀਵੀ ਸੈਂਟਰ ਦੇ ਉੱਤੇ, ਇੱਦਾਂ ਆ ਵੀ ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਫੀਸਾਂ ਬਹੁਤ ਜ਼ਿਆਦਾ ਆ, ਸਾਡਾ ਮਤਲਬ ਜਿਹੜਾ ਸੱਭਿਆਚਾਰਕ ਉਹਨੂੰ ਬੜਾ ਫੈਲਾਉਂਦੇ, ਇੱਕੋ ਇੱਕ
ਟੀਵੀ ਸਟੇਸ਼ਨ ਆ ਜਿਹਦੇ ਉੱਤੇ ਸਾਨੂੰ ਮਾਣ ਆ ਪੰਜਾਬ, ਪਰ ਕਈ ਵਾਰੀ ਸ਼ਿਕਵੇ ਵੀ ਹੁੰਦੇ ਸ਼ਹਿਰਾਂ ਦੇ, ਤੇ ਮੈਂ ਕਹਿ ਦਿੰਦਾ ਉਹਨਾਂ ਕਈ ਬੰਦੇ ਦਿਲ 'ਚ ਰੱਖ ਕੇ ਗੁੱਸਾ ਰੱਖਦੇ, ਮੈਂ ਗੁੱਸਾ ਨਹੀਂ ਮੇਰਾ ਹੁੰਦਾ, ਮੈਂ ਕਹਿ ਦਿੰਦਾ ਉਹ ਇੱਦਾਂ ਹੈ ਕਿ ਇੱਕ ਮੈਂ ਗੀਤ ਕਰਾਇਆ ਸੀ, ਲੋਕੋ ਹਟ ਜਾਓ ਨਾ ਕਹਿਰ ਗੁਜ਼ਾਰੋ, ਧੀਆਂ ਅਣਜੰਮੀਆਂ ਨਾ ਮਾਰੋ, ਕਿੱਦਾਂ ਬੰਸ ਚਲਾਓਗੇ, ਭੈਣਾਂ ਕੋਲੋਂ ਰੱਖੜੀ ਵੀਰ ਨੂੰ ਕਿਵੇਂ ਬਣਾਓਗੇ, ਤੁਸੀਂ ਭੈਣਾਂ ਕੋਲੋਂ ਰੱਖੜੀ ਵੀਰ ਨੂੰ ਕਿਵੇਂ ਬਣਾਓਗੇ, ਉਹ 'ਚ ਮੈਂ ਬੜਾ ਜ਼ਿਕਰ ਕੀਤਾ ਸੀ ਇਸ ਗੱਲ ਦਾ ਕਿ ਵੀ ਕਹਿੰਦਾ ਵਾਂਗੂ ਕੁੜੀਆਂ ਘਰਾਂ ਦੇ ਵਿੱਚ ਖੜੀਆਂ ਆ ਇਸ ਢੰਗ ਦੇ ਨਾਲ ਆ, ਦੂਜੀ ਤੁਸੀਂ ਆ ਜਿਹੜੇ ਭਰੂਣ ਹੱਤਿਆ ਕਰਦੇ ਆ ਇਹ ਬਹੁਤ ਮਾੜੀ ਗੱਲ ਆ, ਇਹ ਆਪਾਂ ਰੱਖੜੀਆਂ ਕਿਉਂ ਬਣਾਉਣੀਆਂ, ਇਹਨਾਂ ਦਾ ਆਪਣਾ ਹੀ ਪ੍ਰੋਗਰਾਮ ਆ ਉਹ, ਇਹਨਾਂ ਦੇ ਕਰੇ 'ਤੇ ਮੈਂ ਲਿਖਿਆ ਦੇਖ ਕੇ, ਔਰ ਉਸ ਗੀਤ ਦਾ ਵੀ ਸਾਨੂੰ ਮਤਲਬ ਵੀ 25,000 ਰੁਪਇਆ ਦੇਣਾ ਪਿਆ ਉੱਥੇ ਲਾਉਣ ਦਾ, ਉਹ 2-3 ਵਾਰੀ 4 ਵਜੇ ਸੀ ਲਵਾਇਆ ਗੀਤ, ਪਰ ਮੇਰੀ ਕੋਸ਼ਿਸ਼ ਸੀ ਬਈ ਇਹ ਗੀਤ ਨੂੰ ਲੈ ਲੈਣਗੇ, ਰਿਕਾਰਡਿੰਗ ਕਰਾਤੀ ਫ੍ਰੀ 'ਚ ਲਾਇਆ ਕਰਨ, ਇਹਨਾਂ ਦਾ ਆਪਣਾ ਉਹ ਮਤਲਬ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਵੀ ਮਤਲਬ ਇਹਨਾਂ ਨੇ ਨਹੀਂ ਲਾਇਆ ਉਸ ਗੀਤ ਨੂੰ, ਬਾਕੀ ਮੇਰੇ ਗੀਤ ਹੋਰ ਕਾਫੀ ਚੱਲਦੇ ਹੈਗੇ ਆ ਇਸ ਢੰਗ ਦੇ ਨਾਲ, ਮਤਲਬ ਇਹਦੇ ਬਾਰੇ ਮੈਂ ਇੱਦਾਂ ਕੁਛ ਨਹੀਂ ਕਹਿੰਦਾ ਕਿਉਂਕਿ ਕਲਾਕਾਰ ਜਾਂਦੇ ਗੀਤਕਾਰ ਜਾਂਦੇ ਆ ਉੱਥੇ ਸਾਰੇ ਜਾਂਦੇ ਆ, ਪਰ ਸਾਨੂੰ ਤਾਂ ਇਹਨਾਂ ਨੇ ਬਹੁਤਾ ਘੱਟ ਕਦੇ ਬੁਲਾਇਆ ਹੀ ਨਹੀਂ, ਪਹਿਲੀ ਗੱਲ ਤਾਂ ਇਹ ਪਹਿਲਾਂ ਬੁਲਾਉਂਦੇ ਬੁਲਾਉਂਦੇ ਹੁੰਦੇ ਸੀ ਜ਼ਿਆਦਾ, ਅਤੇ ਹੁਣ ਤਾਂ ਇਹਨਾਂ ਨੇ ਕਦੇ ਕਿਸੇ ਗੀਤਕਾਰ ਨੂੰ ਵਧੀਆ ਨੂੰ ਜਾਂ ਸ਼ਾਇਰ ਨੂੰ ਇੱਦਾਂ ਇਹਨਾਂ ਦਾ ਕਵੀ ਦਰਬਾਰ ਜਿਹੜੇ ਲੱਗਦੇ ਆ ਉਹਨਾਂ ਵਿੱਚ ਕਦੇ ਬਹੁਤ ਘੱਟ ਇਹਨਾਂ ਨੇ ਕਦੇ ਸਾਨੂੰ ਤਾਂ ਲੈਟਰ ਲਿਖਿਆ ਹੈ ਨਾ ਮੈਂ ਕਦੇ ਗਿਆ ਆਪ। ਤੁਹਾਡੀਆਂ ਕਿਤਾਬਾਂ ਵੀ ਬਹੁਤ ਸਾਰੀਆਂ ਆਈਆਂ ਹੈ, ਖਾਸ ਖਾਸ ਕਿਹੜੀਆਂ ਕਿਹੜੀਆਂ ਕਿਤਾਬਾਂ ਆਈਆਂ? ਕਿਤਾਬਾਂ ਭਾਜੀ 12-13 ਗੀਤਾਂ ਦੀਆਂ ਹੀ ਸੀਗੀਆਂ, ਕਿਤਾਬਾਂ ਅਸਲੀ ਜਿਹੜੀ ਮੇਰੀ ਸ਼ੁਰੂਆਤ ਆ ਨਾ ਜਿੱਦਾਂ ਕਹਿੰਦੇ ਜਿੱਦਣ ਤੋਂ ਅਕਲ ਆਵੇ ਬੰਦੇ ਨੂੰ ਉਹ ਪਹਿਲਾਂ ਮੇਰੀਆਂ ਗੀਤਾਂ ਦੀਆਂ ਕਿਤਾਬਾਂ ਸੀਗੀਆਂ, ਭਾਈ ਚਤਰ ਸਿੰਘ, ਜੀਵਨ ਸਿੰਘ ਦੇ, ਹੁਣ ਤਾਂ ਮੈਨੂੰ ਨਾਮ ਵੀ ਨਹੀਂ ਯਾਦ, 13 ਕਿਤਾਬਾਂ ਆ, ਪਰ ਮੈਂ ਹੁਣ ਜਿਹੜਾ ਗੀਤ ਨਵੀਆਂ ਕਿਤਾਬਾਂ ਜਿਹੜੀਆਂ ਮੇਰੀਆਂ ਨਵੇਂ ਸਟਾਈਲ 'ਚ ਆ ਰਹੀਆਂ ਆ ਉਹ ਮੈਂ ਹੁਣ ਲਿਖੀਆਂ ਆ, ਤਾਂ ਹੁਣ ਉਹ ਛਪ ਕੇ ਹੋਣਗੀਆਂ ਮਾਰਕੀਟ 'ਚ ਕਲਾਕਾਰਾਂ ਦੇ ਕੰਮ ਦੀਆਂ ਕਿਤਾਬਾਂ, ਕਿਉਂਕਿ ਚੋਰੀ ਤੋਂ ਡਰਦਾ ਮੈਂ ਗੀਤ ਨਹੀਂ, ਦੇਖੋ ਮੇਰੀਆਂ ਕਿਤਾਬਾਂ 'ਚ ਚੋਰੀ ਗੀਤ ਬਹੁਤ ਹੋ ਗਿਆ, ਇਸ ਕਰਕੇ ਜਦੋਂ ਮੈਂ ਕਿਤਾਬ ਕੱਢਣੀ ਆ ਨਾ ਉਹਦੇ ਵਿੱਚੋਂ ਲਾਈਨਾਂ ਚੋਰੀ ਕਰ ਲੈਂਦੇ ਆ, ਦੋ ਲਾਈਨਾਂ ਉਹਦੀਆਂ, ਦੋ ਲਾਈਨਾਂ ਉਹਦੀਆਂ, ਅੱਜ ਕੱਲ੍ਹ ਬਹੁਤ ਚੋਰ ਗੀਤਕਾਰ ਇੰਨੇ ਜ਼ਿਆਦਾ ਆ ਜਿਨ੍ਹਾਂ ਨੇ ਆਪਣਾ ਅਭਿਆਸ ਨਹੀਂ ਕਰਦੇ ਹੈਗੇ, ਦੂਸਰਿਆਂ ਦੀਆਂ 4 ਕਲਾਈਨਾਂ ਉਹਦੀਆਂ, 4 ਕਲਾਈਨਾਂ ਉਹਦੀਆਂ, ਨਾ ਤਾਂ ਉਹ ਕੇਸ ਕਰਨ ਜੋਗਾ, ਨਾ ਉਹ ਕੇਸ ਕਰਨ ਜੋਗਾ, ਨਾ ਉਹ ਕੇਸ ਕਰਨ ਜੋਗਾ, ਉਹ ਇੱਕ ਦੇ ਲੈਂਦੇ ਹੀ ਨਹੀਂ ਹੈਗੇ, ਇਸ ਕਰਕੇ ਉਹਨਾਂ ਤੋਂ ਦੁਖੀ ਹੋ ਕੇ ਮੈਂ ਕਿਤਾਬਾਂ ਹੁਣ ਕੱਢਣ ਲੱਗਾ, ਉਹ ਵੀ ਰਿਕਾਰਡਿੰਗਾਂ ਦੀਆਂ ਕੱਢੂੰਗਾ ਕਿਤਾਬਾਂ। ਅੱਛਾ, ਤੁਸੀਂ ਜਿਹੜੇ ਗੀਤ ਦਿੰਦੇ ਹੈਗੇ ਆ, ਮਤਲਬ ਉਹ ਜਿਹੜਾ ਸਾਹਮਣੇ ਵਾਲਾ ਗੀਤ ਨਵਾਂ ਜਾਂ ਪੁਰਾਣਾ, ਇਸ ਤਰ੍ਹਾਂ ਕੋਈ ਤੁਹਾਡਾ ਸੋਚ ਹੈਗੀ ਵੀ ਇਸ ਬੰਦੇ ਨੂੰ ਗੀਤ ਮਤਲਬ ਕਿਸ ਤਰ੍ਹਾਂ ਤੁਸੀਂ ਮਤਲਬ ਤੋਲਦੇ ਹੈਗੇ ਆ ਸਾਹਮਣੇ ਵਾਲੇ? ਰਤਨ ਸਾਹਿਬ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ, ਔਰ ਆਹ ਗੱਲ ਜੇ ਮੇਰੇ ਕਾਫੀ ਮੇਰੀ ਇੰਟਰਵਿਊ ਚੱਲਦੀਆਂ ਰਹਿੰਦੀਆਂ ਜਾਂਦੀਆਂ, ਪਰ ਆਹ ਗੱਲ ਨਹੀਂ ਤੁਸੀਂ ਪੁੱਛੀ, ਬੜੀ ਬਰੀਕ ਗੱਲ ਆ ਇਹ ਜਿਹੜੀ ਗੀਤਕਾਰ ਆ ਜਿਹੜਾ ਨਾ ਗੀਤ ਉਹਨੂੰ ਉਸ ਤਰ੍ਹਾਂ ਦਾ ਦੇਣਾ ਚਾਹੀਦਾ ਜਿਹੜੀ ਉਹਦੀ ਆਵਾਜ਼ ਨੇਚਰ ਦੇ ਡਿਪੈਂਡ ਹੋਣਾ ਚਾਹੀਦਾ ਹੈ, ਕਿ ਉਹਦੀ ਆਵਾਜ਼ ਜਿਹੜੀ ਡਿਮਾਂਡ ਕਿਹੜੀ ਕਰਦੀ, ਉਹਦੇ ਹਾਣ ਦਾ, ਆਵਾਜ਼ ਦੇ ਹਾਣ ਦਾ ਉਹਨੂੰ ਗੀਤ ਦਿੱਤਾ ਜਾਵੇ ਸੁਪਰ ਹਿੱਟ ਹੁੰਦਾ ਆ, ਜਿੱਦਾਂ ਪਹਿਲਾਂ ਜਗਮੋਹਨ ਕੌਰ ਨੂੰ ਦੇਣਾ ਗੀਤ, ਜਗਮੋਹਨ ਕੌਰ ਦੀ ਆਵਾਜ਼ ਦੇ ਹਾਣ ਦਾ ਦੇਣਾ, ਕੁਲਦੀਪ ਮਾਣਕ ਨੂੰ, ਕੁਲਦੀਪ ਮਾਣਕ ਨੇ ਮੇਰੇ ਕੁੱਲੀ ਬਹਿ ਗਿਆ ਚਨਾ ਦੋ ਪਾਰ ਪਾ ਕੇ ਸੌਖਾ ਨਹੀਂ ਯਾਰ ਲੱਭਣਾ, ਅੰਦਲੀ ਅੰਦਲਾ ਦੋਵੇਂ ਰੋ ਰੋ ਭੁੱਬਾਂ ਮਾਰਦੇ ਸੁਣ ਕੇ ਦਸਰਥ ਕੋਲੋਂ ਪੁੱਤ ਦੀ ਦਰਦ ਕਹਾਣੀ, ਇਹ ਹੈਂਜੀ ਆਪਣੇ ਦੂਜਾ ਹੈਗਾ ਗੁੱਸੇ 'ਚ ਦੁੱਲੇ ਨੂੰ ਮੇਰੂ ਮਾਰੇ ਬੋਲੀਆਂ ਉਹ ਜਿੱਦਾਂ ਤਾਂ ਰੋਲੀਆਂ, ਪਿੰਡੀ ਦੇ ਦੁਆਲੇ ਚੱਲਦੀਆਂ ਗੋਲੀਆਂ ਉਹ ਕੰਧਾ ਹੋਈਆਂ ਬੋਲੀਆਂ, ਆਪ ਤਾਂ ਤੂੰ ਜਾ ਕੇ ਬਹਿ ਗਿਆ ਇਹ ਨਾਨਕੀ ਉੱਤੇ ਲੈ ਕੇ ਚਾਦਰਾ, ਮੁਗਲਾਂ ਨੇ ਤੇਰਾ ਸਭ ਕੁਝ ਲੁੱਟਿਆ ਹੋਇਆ ਵੱਡਿਆ ਬਾਦਲ 2.5 ਵਿੱਚ ਲਿਖਿਆ ਸੀ ਉਹ ਸੁਪਰ ਹਿੱਟ ਹੋਇਆ, ਇਹ ਹੁਣ ਜੇ ਕੁਲਦੀਪ ਮਾਣਕ ਨੂੰ ਜੋ ਦਿੱਤਾ ਮੈਂ ਉਹਨਾਂ ਦੀ ਰੂਹ ਦੇਖ ਕੇ ਉਹਨਾਂ ਦੀ ਗਾਇਕੀ ਦੇਖ ਕੇ ਉਹਨਾਂ ਦੀ ਆਵਾਜ਼ ਦੇ ਹਾਣ ਦੇ ਗੀਤ ਦਿੱਤੇ ਆ ਤਦ ਹੀ ਸੁਪਰ ਹਿੱਟ ਗੀਤ ਹੁੰਦੇ ਆ, ਜਿਹੜਾ ਗੀਤਕਾਰ ਗੀਤ ਦੂਸਰੇ ਨੂੰ ਉੱਦਾਂ ਹੀ ਫੜਾ ਦਿੰਦਾ ਨਾ ਉਹ ਸੁਪਰ ਹਿੱਟ ਗੀਤ ਨਹੀਂ ਹੁੰਦੇ। ਹੁਣ ਮੇਰਾ ਗੀਤ ਸੀਗਾ ਇੱਕ ਬਣ ਕੇ ਕਬੂਤਰੀ ਵੇ ਸੁਣਿਆ ਤੇਰੇ ਦਿਲ ਤੇ ਆਲਣਾ ਪਾਊਂਗਾ, ਹੈਂਜੀ ਉਹ ਗੀਤ ਭੁਪਿੰਦਰ ਗਿੱਲ ਤੇ ਮਿਸ ਨੀਲਮ ਨੇ ਗਾਇਆ, ਉਹ ਸੁਪਰ ਹਿੱਟ ਇਸ ਵੇਲੇ ਬਾਹਰਲੇ ਮੁਲਕ 'ਚ ਕਿਤੇ ਜਾ ਕੇ ਦੇਖੋ ਕੰਪੀਟੀਸ਼ਨ ਤੇ ਗੀਤ ਚੱਲ ਰਿਹਾ, ਇੱਕੋ ਹੀ ਗੀਤ ਉਹਨਾਂ ਨੂੰ ਮਿਲ ਦਿੱਤਾ ਸੀ
ਸਮਝੇ। ਇਸੇ ਤਰ੍ਹਾਂ ਜਿਹੜੇ ਗੀਤ ਜਿੰਨੇ ਵੀ ਗੀਤ ਮਤਲਬ ਹੈਗੇ ਆ ਉਹਨਾਂ ਦੀਆਂ ਆਵਾਜ਼ਾਂ ਦੇ ਮੁਤਾਬਕ ਮੇਰਾ ਭਾਵ ਦੇਣੇ ਪੈਂਦੇ ਆ ਗੀਤ, ਤਦ ਹੀ ਉਹਨਾਂ ਨੂੰ ਸੁਣ ਕੇ ਗੀਤ ਦਿਓ ਤਾਂ ਸੁਪਰ ਹਿੱਟ ਹੁੰਦੇ ਆ। ਅੱਛਾ, ਬਲਵੀਰੋ ਭਾਬੀ ਦੇ ਕਿਹੜੇ ਕਿਹੜੇ ਹਿੱਟ ਗਾਣੇ ਤੁਹਾਡੇ ਹੈਗੇ ਆ? ਬਲਵੀਰੋ ਭਾਬੀ ਦੇ ਜਿੱਦਾਂ ਕੁੜੀਏ ਪੰਜਾਬ ਦੀਆਂ, ਆਪਣਾ ਕੁੜੀਏ ਪੰਜਾਬ ਦੀ ਨਹੀਂ ਪੱਤੀਏ ਗੁਲਾਬ ਦੀ, ਇਹ ਦੋ ਗਾਣਾ ਸੀ ਮਹਿੰਦਰ ਕਪੂਰ ਦੇ ਨਾਲ, ਪਤਾ ਨਹੀਂ ਉਹਨੂੰ ਰਾਧਾ ਸੀ ਪਤਾ ਨਹੀਂ ਦਿਲਰਾਜ ਕੌਰ ਹੈ ਨਾ, ਇਹ ਮੈਨੂੰ ਹੁਣ ਪੂਰੀ ਜ਼ਬਾਨੀ ਯਾਦ ਨਹੀਂ ਹੈ। ਰੋਂਦੂ ਨੇ ਚਿੱਤ, ਹਾਂ ਹਾਂ ਉਹ ਉਹ ਸੀਗਾ ਆਪਣੇ ਮਹਿੰਦਰ ਕਪੂਰ ਜੀ ਦੇ ਗਾਇਆ ਉਹ ਵੀ। ਇੱਕ ਭਾਜੀ ਗੀਤ ਇਸ ਢੰਗ ਦੇ ਨਾਲ ਆ ਵੀ ਇੱਕ ਸੁੱਚੇ ਯਾਰ ਬਿਨਾਂ ਮੇਰਾ ਜੀ ਨਹੀਂ ਲੱਗਦਾ ਕੱਲੀ ਦਾ, ਹੈਂਜੀ ਉਹ ਕੁਲਦੀਪ ਮਾਣਕ ਨੇ ਗਾਇਆ ਗੀਤ ਉਹਦੀ ਆਵਾਜ਼ ਚ। ਇੱਕ ਹੈਗਾ ਉਹਦੇ ਚ ਗੀਤ ਮੈਨੂੰ ਯਾਦ ਨਹੀਂ ਆਉਂਦੇ ਹੁਣ ਬਹੁਤੇ, ਇੱਕ ਗੀਤ ਹੈਗਾ ਹਾਂ ਪੀਣ ਦੇ ਸਾਕੀ ਰੋਕ ਨਾ ਮੈਨੂੰ, ਯਾਦਾਂ ਉਸਦੀਆਂ ਫੂਕਦੀਆਂ ਬੋਤਲ ਵਿੱਚੋਂ ਲਪਟਾਂ ਆਉਂਦੀਆਂ ਮੈਨੂੰ ਮੇਰੇ ਮਸ਼ੂਕ ਦੀਆਂ, ਇਹ ਮਹਿੰਦਰ ਕਪੂਰ ਜੀ ਹੁਣੇ ਗਾਇਆ ਸੀ। ਸਰਪੰਚ ਦੇ ਵੀ ਤੁਹਾਡੇ ਬਹੁਤ ਹਿੱਟ ਗਾਣੇ ਹੈਗੇ। ਹਾਂਜੀ ਹਾਂਜੀ, ਤੇ ਉਹ ਸਰਪੰਚ ਦੇ ਗਾਣੇ ਵੀ ਭਾਜੀ ਮੈਂ ਮਹਿੰਦਰ ਕਪੂਰ ਦੀ ਆਵਾਜ਼ ਨੂੰ ਬੜਾ ਲਾਈਕ ਕਰਦਾ ਹੁੰਦਾ ਸੀ ਗੀਤਾਂ ਦੇ ਵਿੱਚ। ਕੁੰਡਾ ਖੋਲ ਦੇ, ਹਾਂ ਪੱਟ ਦੋ ਚਗਾਰ ਚੱਟੀਏ, ਹੈ ਜੀ, ਤੇ ਉਹ ਚੰਡੀਗੜ੍ਹ ਰਹਿਣ ਵਾਲੀ ਹੈ ਸੀ। ਜੋ ਬਟਵਾਰਾ ਦਾ ਦੋ ਗਾਣਾ ਪਟਵਾਰੇ ਦੇ ਵਿੱਚ ਸੀਗਾ ਜੀ, ਗੱਲ ਸੁਣ ਕਾਲਜ ਦੀ, ਹਾਂ ਗੱਲ ਸੁਣ ਕਾਲਜ ਦੀ ਕੁੜੀਏ ਨੀ ਕਦੇ ਰੌਂਗ ਸਾਈਡ ਨਾ ਤੁਰੀਏ ਨੀ, ਹੈ ਜੀ ਤੈਨੂੰ ਸਾਈਕਲ ਦੱਸ ਚਲਾਉਣਾ ਕਿਹਨੇ ਸਿਖਾਇਆ ਨੀ, ਤੈਨੂੰ ਹੈਂਡ ਬ੍ਰੇਕ ਲਗਾ ਕੇ ਮਸਾਂ ਪਹੁੰਚਾਇਆ, ਸ਼ਿੰਗਾਰ ਰਸ ਦਾ ਗੀਤ ਸੀ ਕਾਲਜ ਦੀਆਂ ਕੁੜੀਆਂ ਮੁੰਡਿਆਂ ਦਾ, ਹੈ ਜੀ, ਤੇ ਉਹ ਲੋਕੋ ਵੱਡਿਆ ਗੁੰਡਾਸਿਆਂ, ਵੱਡਿਆ ਗੁੰਡਾਸਿਆਂ ਦੇ ਨਾਲ ਬੜੇ ਗੀਤ, ਉਹਦੇ ਨੌ ਗੀਤ ਆ ਭਾਜੀ ਮਾਤਾ ਦੀ ਭੇਟ ਸਮੇਤ, ਨੌ ਗੀਤ ਹੀ ਮੈਂ ਲਿਖੇ ਸੀ। ਨੈਣ ਪ੍ਰੀਤੋ ਦਾ ਗਾਣਾ, ਨੈਣ ਪ੍ਰੀਤੋ ਦਾ ਸੀਗਾ ਜੀ ਗਾਣਾ ਫੌਜੀ ਫੌਜਣ ਦਾ ਗਾਣਾ, ਬਹੁਤ ਹੀ ਵਧੀਆ ਗਾਣਾ ਸੀ, ਕੁੰਡਾ ਖੋਲ ਫੌਜਣੇ ਨੀ ਫੌਜੀ ਜੰਗ ਜਿੱਤ ਕੇ ਆਇਆ, ਉਹ ਗੀਤ ਇੰਨਾ ਹਿੱਟ ਹੋਇਆ ਕਿ ਮੈਂ ਹਮੇਸ਼ਾ ਸੋਚਦਾ ਹੁੰਦਾ, ਮੇਰੇ ਹੁਣ ਵੀ ਗੀਤ ਕਾਫੀ ਆ ਰਹੇ ਆ ਉਹਨਾਂ ਵਿੱਚ, ਮੈਂ ਆਪਣੇ ਫੌਜੀ ਜਿਹੜੇ ਸਾਡੇ ਦੇਸ਼ ਦੀ ਰਾਖੀ ਲਈ ਬੈਠੇ ਆ, ਜਿਹਦੇ ਕਰਕੇ ਸਾਡੀ ਭਾਰਤ ਮਾਤਾ ਦੀ ਇੱਜ਼ਤ ਸੇਫ ਆ, ਜਿਹਦੇ ਕਿ ਸਾਡੇ ਧੀਆਂ ਭੈਣਾਂ ਦੀ ਇੱਜ਼ਤ ਸੇਫ ਆ, ਉਹਨਾਂ ਲਈ ਮੈਂ ਜ਼ਰੂਰ ਕੁਛ ਨਾ ਕੁਛ ਲਿਖਦਾ ਹੁੰਦਾ, ਉਹ ਜਿਹੜੇ ਬਾਰਡਰਾਂ ਤੇ ਬੈਠੇ ਆ ਸਾਡੇ ਭਰਾ ਸਿੱਖਣੀ, ਉਹਨਾਂ ਵਾਸਤੇ ਜ਼ਰੂਰ ਮਨੋਰੰਜਨ ਲਈ ਮੈਂ ਕੁਛ ਨਾ ਕੁਛ, ਫੌਜੀਆਂ ਦਾ ਗੀਤ ਮੇਰਾ ਜ਼ਰੂਰ ਹੁੰਦਾ ਹੈ। ਦੂਰ ਨਹੀਂ ਨਨਕਾਣਾ ਦਾ ਗਾਣਾ, ਖਤਰਾ 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 ਜੀ, ਇਹ ਰੰਜਨਾ ਦੀ ਆਵਾਜ਼ ਸੀ, ਇੱਕ ਪਾਕਿਸਤਾਨ ਤੋਂ ਮੈਨੂੰ ਹੁਣ ਮੁੰਡੇ ਦਾ ਨਾਂ ਨਹੀਂ ਯਾਦ ਹੈਗਾ, ਉਹ ਗਜ਼ਲਾਂ ਗਾਉਂਦਾ, ਉਹਦਾ ਲੜਕਾ ਸੀਗਾ ਤੇ ਨਾਂ ਨਹੀਂ ਉਹਦਾ ਯਾਦ, ਉਹਨਾਂ ਨੇ ਆਵਾਜ਼ ਵਿੱਚ ਆਇਆ ਸੀ ਬੜਾ ਸੁਪਰ ਹਿੱਟ ਹੋਇਆ ਜੀ ਗਾਣਾ ਉਹਦੇ, ਉਹਦੀ ਕਾਫੀ ਤੇਰੀਆਂ ਮੁਹੱਬਤਾਂ ਦੇ, ਤੇਰੀਆਂ ਮੁਹੱਬਤਾਂ ਦੇ ਗੀਤ ਹੰਸਰਾਜ, ਹੰਸ ਤਾਂ ਹਾਏ ਸੋਹਣਿਆ ਵੀ, ਹਾਂ ਇਹਦਾ ਸੀਗਾ, ਦੂਜੀ ਕੁੜੀ ਦਾ ਕਵਿਤਾ ਕ੍ਰਿਸ਼ਨ ਮੂਰਤੀ ਦਾ ਜੀ ਪਹਿਲਾ ਗੀਤ ਜਿਹੜਾ, ਹਾਏ ਸੋਹਣਿਆ ਵੀ ਸਾਨੂੰ ਤੇਰੀਆਂ ਮੁਹੱਬਤਾਂ, ਤੇ ਉਹਦੇ ਵਿੱਚ ਕਾਲਜ ਦਾ ਗੀਤ ਹੰਸਰਾਜ ਨੇ ਬਹੁਤ ਵਧੀਆ ਗਾਇਆ ਸੀਗਾ ਉਹਦੀ ਸਟੋਰੀ ਦੇ ਮੁਤਾਬਕ, ਫਿਰ ਮੰਗਲ ਸਿੰਘ ਦੇ ਗੀਤ ਆ ਉਹਦੇ ਵਿੱਚ ਗਾਏ ਹੋਏ, ਹਾਂਜੀ, ਤੇ ਫਿਰ ਦਿਲਰਾਜ ਕੌਰ ਦਾ ਇੱਕ ਡੋਲੀ ਬਹੁਤ ਟੌਪ ਕਲਾਸ ਵਿੱਚ ਗੀਤ ਆ, ਬਹੁਤ ਸਾਰੇ ਗੀਤ ਹੈਗੇ ਉਹਦੇ ਵਿੱਚ ਵੀ ਮੇਰੇ ਗੀਤ ਆ, ਸਾਰੇ ਨੌ ਗੀਤ ਉਹ 'ਚ ਮੈਂ ਲਿਖੇ ਆ। ਅੱਛਾ, ਡੇਲੀ ਦੀ ਤੁਹਾਡੀ ਕੀ ਰੂਟੀਨ ਹੈਗੀ ਸਵੇਰ ਤੋਂ ਲੈ ਕੇ ਰਾਤ ਤੱਕ? ਅੱਛਾ, ਉਹ ਘਰੇਲੂ ਲਾਈਫ ਮੇਰੀ ਇੱਦਾਂ ਹੈ ਜੀ, ਮੈਂ 4 ਵਜੇ ਉੱਠਦਾ, 9 ਵਜੇ ਸ਼ਾਮ ਨੂੰ ਸੌ ਜਾਂਦਾ, 9:15 ਭਾਵੇਂ ਮੇਰੇ ਕੋਈ ਬੈਠਾ ਹੋਵੇ ਮੈਂ ਕਹਿੰਦਾ ਜੀ ਮੈਂ ਲੱਗਾ ਸੌਣ, ਮੈਂ 4 ਵਜੇ ਉੱਠਣਾ, 4 ਵਜੇ ਸਵੇਰੇ ਉੱਠ ਕੇ ਮੈਂ 6 ਕਿਲੋਮੀਟਰ ਦੀ ਸੈਰ ਕਰਦਾ ਜਿਹੜਾ ਮੇਰਾ ਨਿੱਤ ਨਹੀਂ ਹੋ। ਕਿੰਨੇ ਸਾਲਾਂ ਤੋਂ? ਇਹ ਬਹੁਤ ਸਾਲਾਂ ਤੋਂ ਕਰ ਰਿਹਾ, 20 ਸਾਲ 15-20 ਸਾਲ ਤੋਂ ਕਰ ਲੱਗਾ, ਪਹਿਲਾਂ ਤਾਂ ਸ਼ੁਕਰੀਆ ਅਦਾ ਮਾਲਕ ਦਾ ਕਰਨਾ, ਉਹਦੇ ਮਗਰੋਂ ਸੈਰ ਨੂੰ ਚਲੇ ਜਾਣਾ, ਸ਼ੁਕਰੀਆ ਅਦਾ ਉਹਦਾ ਜ਼ਰੂਰੀ ਕਰਨਾ ਚਾਹੀਦਾ, ਆਪਾਂ ਕਿਤੇ 100-50 ਰੁਪਈਆ ਲਿਆ ਹੋਵੇ ਉਹਨੂੰ ਮੈਨੂੰ ਵਾਸਤੇ ਬੁਲਾ ਕੇ ਜਾਂਦੇ, ਨਾਰਾਜ਼ ਨਾ ਹੋ ਜਾਏ, ਮਾਲਕ ਦੀ ਕਿੰਨੀ ਬਖਸ਼ਿਸ਼ ਵਾ, ਔਰ ਉਹਦਾ ਸ਼ੁਕਰੀਆ ਅਦਾ ਸਵੇਰੇ ਕਰੀਦਾ ਵੀ ਤੂੰ ਸਾਨੂੰ ਫਿਰ ਅੱਜ ਇੱਕ ਹੋਰ ਜਨਮ ਦਿੱਤਾ, ਸਵੇਰ ਨੂੰ ਜਾਗਦੇ ਹੁਣ ਜਾਗਦੇ ਹਾਂ ਜਿਉਂਦੇ ਹਾਂ ਅਸੀਂ, ਹੈ ਨਾ, ਅਤੇ ਅਸੀਂ ਹੁਣ ਅੱਜ ਕੁਛ ਹੋਰ ਲਿਖਾਂਗੇ, ਨਵੇਂ ਸ਼ਬਦਾਂ ਨੂੰ ਕਿਸੇ ਨੂੰ ਜਨਮ ਦੇਵਾਂਗੇ ਤੁਹਾਡੀ ਕਿਰਪਾ ਨਾਲ। ਪਹਿਲਾਂ ਉਹਨਾਂ ਦਾ ਸ਼ੁਕਰੀਆ ਅਦਾ ਕਰਕੇ ਫਿਰ ਮੈਂ 6 ਕਿਲੋਮੀਟਰ ਸੈਰ ਕਰਦਾ, ਆ ਕੇ ਯੋਗਾ ਅਭਿਆਸ ਕਰੀਦਾ 1/2 ਘੰਟਾ, ਉਹਦੇ ਮਗਰੋਂ ਫਿਰ ਲਿਖਣ ਪੈ ਜਾਣਾ, ਫਿਰ ਲਿਖਣਾ ਜਾਂ ਤਾਂ ਮੈਂ ਪੜ੍ਹਨਾ ਆ ਕੁਛ ਬਹੁਤ ਵਧੀਆ,
ਘੰਟਾ ਦੋ ਘੰਟੇ ਜਾਂ ਮੈਂ ਲਿਖਣਾ ਦੋ ਘੰਟੇ, ਫਿਰ ਕੋਈ ਨਵੇਂ ਆਈਡੀਏ ਕੱਢਣੇ। ਰੂਟੀਨ ਮੇਰੀ ਏਦਾਂ ਆ ਵੀ ਇਹ ਨਹੀਂ, ਕਈ ਵਾਰੀ ਮੇਰੇ ਦੋ ਗੀਤ ਵੀ ਮੈਂ ਰੋਜ਼ ਲਿਖ ਲੈਣਾ, ਇੱਕ ਵੀ ਲਿਖ ਲੈਣਾ, ਕਈ ਵਾਰ ਅੱਠ ਅੱਠ ਦਿਨ ਵੀ ਲਿਖਣਾ, ਇਸ ਤਾਂ ਮੂਡ ਦੀ ਗੱਲ ਆ ਸਾਰੀ। ਕਿਤਾਬਾਂ ਕਿਸ ਤਰ੍ਹਾਂ ਦੀਆਂ ਪੜ੍ਹਦੇ? ਕਿਤਾਬਾਂ ਸਟੋਰੀਆਂ, ਜਿੱਦਾਂ ਸਾਨੂੰ ਸਿੱਖ ਇਤਿਹਾਸ ਲਿਖਣ ਦੀ ਲੋੜ ਪੈਂਦੀ ਆ, ਹਿੰਦੂ ਇਤਿਹਾਸ ਲਿਖਣ ਦੀ ਪੈਂਦੀ ਆ, ਉਹਦਾ ਕਦੋਂ ਜਨਮ ਹੋਇਆ, ਉਹਦਾ ਦਾਇਰਾ ਕੀ ਸੀ, ਉਹਨੂੰ ਕੀ ਵਿੱਚ ਹੋ ਕੇ ਕਿੰਨਾ ਚਿਰ ਉਹਨੇ ਕਿਹੜੇ ਕਿਹੜੇ ਕੰਮ ਕੀਤੇ ਆ, ਕਿਹੜੇ ਕਿਹੜੇ ਕੰਮ ਕੀਤੇ ਆ, ਜੇ ਉਹ ਸਾਨੂੰ ਯਾਦ ਨਹੀਂ, ਕਿਉਂਕਿ ਇਤਿਹਾਸ ਇੱਕ ਇਹੋ ਜਿਹੀ ਚੀਜ਼ਾਂ ਭਾਜੀ ਜਿਹੜੇ ਇਤਿਹਾਸ ਆ ਕੌਮਾਂ ਦੇ, ਉਹ ਤੋਂ ਅਸੀਂ ਬਾਹਰ ਉਡਾਰੀ ਨਹੀਂ ਲਾ ਸਕਦੇ, ਅਸੀਂ ਅੰਦਰ ਰਹਿ ਕੇ ਉਸ ਦਾਇਰੇ ਤੋਂ ਨਾ ਲਿਖਣਾ ਹੁੰਦਾ, ਇਸ ਕਰਕੇ ਸਾਨੂੰ ਉਹ ਜ਼ਿਆਦਾ ਪੜ੍ਹਨ ਦੀਆਂ ਲੋੜ ਪੈਂਦੀ। ਜਿਹੜੀਆਂ ਸਾਡੇ ਲੋਕ ਗੀਤ ਆ ਜਾਂ ਲੋਕ ਮਤਲਬ ਇੱਦਾਂ ਸ਼ਿੰਗਾਰ ਰਸ ਵਗੈਰਾ ਦੇ ਗੀਤ ਆ, ਇਹਦੀਆਂ ਅਸੀਂ ਬਾਹਰੋਂ ਉਡਾਰੀਆਂ ਲਾ ਕੇ ਵੀ ਸ਼ਬਦ ਪ੍ਰਾਪਤ ਕਰ ਸਕਦੇ ਹਾਂ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਹਾਂਜੀ, ਪਰਿਵਾਰ ਦੇ ਵਿੱਚ ਕੌਣ ਕੌਣ? ਪਰਿਵਾਰ 'ਚ ਬਸ ਸਾਰੇ ਹੀ ਸਮਝ ਲਓ, ਪਰਿਵਾਰ ਸਾਰਾ ਛੋਟੀ ਜਿਹੀ ਫੈਮਿਲੀ ਹੈ। ਅੱਛਾ। ਅਤੇ ਉਹਦੇ ਵਿੱਚ ਬੜੇ ਖੁਸ਼ ਨਸੀਬ ਹਾਂ, ਬਹੁਤ ਵਧੀਆ ਢੰਗ ਨਾਲ ਜੀ ਰਹੇ ਹਾਂ, ਬਹੁਤ ਵਧੀਆ।